ਇਹ ਵੀਰ ਨੂੰ ਪੁਲਿਸ ਨੇ ਚੱਕਿਆ ਸੀਗਾ ਜੀ 92 ਦੇ ਵਿੱਚ। ਇਹ ਅਮਰਤਾਰੀ ਸੀਗਾ ਜੀ। ਹਾਂਜੀ ਹਾਂਜੀ ਸਿੰਘ ਸੀ ਪੂਰਾ ਸਿੰਘ ਸੀਗਾ ਜੀ। ਅਮਰਤਾਰੀ ਫੋਟੋ ਦਿਖਾਓ ਸਾਨੂੰ। ਅਮਰਤਾਰੀ ਸਿੰਘ ਸੀਗਾ ਵੀਰ। ਔਰ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਚੱਕਿਆ ਤਾਂ ਕਸ਼ਮੀਰ ਸਿੰਘ ਨੂੰ ਪੁਲਿਸ ਨੇ ਇੰਨਾ ਜ਼ਿਆਦਾ ਕੁੱਟਿਆ। ਕੁੱਟਣ ਤੋਂ ਬਾਅਦ ਇਹ ਵੀਰ ਜਦੋਂ ਉੱਥੇ 1 ਮਹੀਨਾ ਰਿਹਾ ਪੁਲਿਸ ਦੀ ਕੁੱਟ ਦੇ ਨਾਲ, 1 ਮਹੀਨੇ ਦੇ ਵਿੱਚ ਇੰਨਾ ਮੈਂਟਲੀ ਹੋ ਗਿਆ ਵੀਰ ਦੇ ਘਰ ਦੇ ਹਾਲਾਤ ਅੱਜ ਇਹ ਹੋ ਗਏ ਜੀ। ਉਸ ਵਕਤ ਜਿਹੜਾ 84 ਤੋਂ ਬਾਅਦ ਸਾਡੇ ਨੌਜਵਾਨ ਜਿਹੜੇ ਸਿੰਘਾਂ ਬੱਚਿਆਂ ਨੂੰ ਪੁਲਿਸ ਨੇ ਚੱਕ ਚੱਕ ਕੇ ਕੋਹ ਕੋਹ ਕੇ ਸ਼ਹੀਦ ਕੀਤਾ, ਉਹਦੇ ਵਿੱਚੋਂ ਇੱਕ ਇਹ ਵੀ ਵੀਰ ਆ ਜਿਹਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਗੁਨਾਹ ਨਹੀਂ ਕੀਤਾ ਸਿੱਖ ਕੌਮ ਨੇ, ਪਰ ਕੁਛ ਕੁ ਇੱਦਾਂ ਦੇ ਪਾਪੀ ਇਨਸਾਨਾਂ ਨੇ ਕੋਹ ਕੋਹ ਕੇ ਸਾਡੇ ਇੱਦਾਂ ਦੇ ਨੌਜਵਾਨ ਬੱਚਿਆਂ ਨੂੰ ਸ਼ਹੀਦ ਕੀਤਾ। ਅਕਾਲ ਤਖਤ ਸਾਹਿਬ ਦੇ ਉੱਪਰ ਫੌਜਾਂ ਚੜ੍ਹ ਕੇ, ਇਹ ਦੋਨੇ ਭਰਾਵਾਂ ਦੀ ਫੋਟੋ ਆ, ਇਹ ਵੀਰ ਹੈ ਨਾ ਕਸ਼ਮੀਰ ਸਿੰਘ, ਇਹ ਕਸ਼ਮੀਰ ਸਿੰਘ ਆ ਜੀ ਜਿਨ੍ਹਾਂ ਨੂੰ ਤੁਸੀਂ ਅੱਜ ਦੇਖ ਰਹੇ ਹੋ, ਇਹਨਾਂ ਦੇ ਛੋਟੇ ਭਰਾ ਦੀ ਤਸਵੀਰ ਆ। ਤੁਸੀਂ ਦੇਖੋ ਉਸ ਵਕਤ ਦੇ ਹਾਲਾਤ ਘਰ ਦੇ ਕੀ ਸੀ। ਫਗਵਾੜੇ 'ਚ ਪੁਲਿਸ ਵਾਲੇ ਇਹਨਾਂ ਨੂੰ ਚੱਕ ਲਿਆ ਸੀਗਾ। ਅੱਛਾ ਜੀ। ਝੰਡਾ ਸੀਗਾ ਲਾਇਆ ਆਪਣੇ ਨਿਸ਼ਾਨ ਸਾਹਿਬ ਦਾ। ਹਾਂਜੀ। ਨਿਸ਼ਾਨ ਸਾਹਿਬ ਲਾ ਕੇ ਨਾ ਇਹਨਾਂ ਨੇ ਗਏ ਸੀ ਇੱਥੇ ਤੇ ਰੋਕ ਲਿਆ ਫਗਵਾੜੇ ਇਹਨਾਂ ਨੇ। ਹਾਂਜੀ। ਪੁਲਿਸ ਵਾਲੇ ਨੇ ਉਸ ਵੇਲੇ ਨਾ ਕਾਫੀ ਜਿੱਦਾਂ ਰੌਲਾ ਰੂਲਾ ਕਾਫੀ ਪੈਂਦਾ ਹੁੰਦਾ ਸੀ ਜੀ। ਔਰ ਆ ਸੰਤਾਂ ਦੀ ਤਸਵੀਰ ਅਸੀਂ ਪਹਿਲਾਂ ਵੀ ਦਿਖਾਈ ਆ। ਤੁਸੀਂ ਦੇਖੋ ਸੰਗਤ ਜੀ ਇਹ ਘਰ ਕਿੰਨੇ ਸ਼ੌਂਕ ਦੇ ਨਾਲ, ਹੁਣ ਤਾਂ ਸਾਡੇ ਕੋਲ ਇਹ ਕਹਿ ਸਕਦੇ ਹੋ ਸ਼ਬਦ ਘੱਟ ਪੈ ਰਹੇ ਨੇ। ਕਿੱਦਾਂ ਅਸੀਂ ਇਸ ਘਰ ਦਾ ਦਰਦ ਤੁਹਾਨੂੰ ਦੱਸੀਏ ਵੀ ਇਦਾਂ ਦੇ ਪੰਜਾਬ ਦੇ ਵਿੱਚ ਕਿੰਨੇ ਘਰ ਨੇ ਜਿਨ੍ਹਾਂ ਦੇ ਵਿੱਚ ਆ। ਤੁਸੀਂ ਦੇਖੋ ਦੋਨੇ ਭਰਾਵਾਂ ਨੇ ਸ਼ੌਂਕਾਂ ਨਾਲ, ਸ਼ੌਂਕ ਨਾਲ ਸਵੀਮਿੰਗ ਪੂਲ ਬਣਾਇਆ ਸੀ, ਪਰ ਅੱਜ ਇਹ ਸੁਣਨਾ ਵੀਰ ਨੇ ਸ਼ੌਂਕ ਨਾਲ ਬਣਾਉਂਦੇ ਨੇ, ਪਰ ਅੱਜ ਇਹੀ ਘਰ ਦੇ ਹਾਲਾਤ ਤੁਸੀਂ ਦੇਖੋ ਵੀਰ ਨੇ ਦੱਸਿਆ ਸਾਰਾ ਸਮੈਂਟ, ਕਿਉਂਕਿ ਕੋਈ ਜਦੋਂ ਸਾਂਭ ਸਮਾਨ ਵਾਲਾ ਨਹੀਂ ਹੈਗਾ ਫਿਰ ਘਰ ਦੇ ਆਹੀ ਹਾਲਾਤ ਹੋਣੇ ਨੇ ਜੀ। ਤੁਸੀਂ ਉਹਨਾਂ ਨੂੰ ਜਾਣਦੇ ਸੀ ਪਹਿਲਾਂ ਜੀ? ਭਾਜੀ ਸਾਰਾ ਭਾਜੀਆਂ ਨੂੰ ਪਿੰਡਾਂ ਦੇ 10-10 ਪਿੰਡਾਂ ਦੇ ਬੰਦੇ ਨੇ ਜਾਣਦੇ ਹੁੰਦੇ। ਅੱਛਾ, ਓਮਕਾਰ ਸਿੰਘ ਨੂੰ ਜੀ? ਹੋਰ ਬਹੁਤ ਹੀ ਸਿੱਗੀ ਚੜਾਈ ਬੜੀ ਭਾਜੀ। ਅੱਛਾ ਜੀ। ਬਹੁਤ ਕੋਈ ਖੰਗਦਾ ਨਹੀਂ ਜੀ ਉਹਦੇ ਭਾਜੀ, ਕਿਉਂਕਿ ਸਰੀਰ ਬਣਾਇਆ ਭਾਜੀ ਨਾ ਬਹੁਤ ਸਾਰੇ ਰੱਖਾ ਉਹਦੀ, ਉਹਨਾਂ ਦੇ ਯਾਰ ਦੋਸਤ ਹੀ ਇੰਨੇ ਵਧੀਆ ਸੀਗੇ ਕੋਈ ਪਤਾ ਨਹੀਂ। ਬਸ ਦੇਖ ਲਓ ਤੁਸੀਂ। ਅੱਛਾ ਦੇਖੋ ਸੰਗਤ ਜੀ, ਅਸੀਂ ਦਿਖਾਉਣਾ ਇੱਕ ਆਹ ਚਾਹੁੰਦੇ ਹਾਂ ਵੀ ਜਿਹਦੇ ਘਰ ਦੇ ਵਿੱਚ ਬੇਸ ਇਹ ਆਪਣਾ ਇਹ ਵਾਹਿਗੁਰੂ ਘਰ ਦੇ ਵਿੱਚ ਬੇਸਮੈਂਟ ਤੱਕ ਹੋਵੇ, ਕਮੀ ਤਾਂ ਕੋਈ ਘਰ 'ਚ ਹੈ ਨਹੀਂ ਵੀਰੇ, ਬਸ ਇੱਕ ਪੁੱਤਾਂ ਦੀ ਕਮੀ। ਵਾਹਿਗੁਰੂ ਸੱਚਾ ਪਾਤਸ਼ਾਹ। ਇਹਦੇ ਉੱਪਰ ਕੀ ਆ ਜੀ? ਅੱਛਾ ਜੀ, ਬੁਲਾ ਲਓ ਬੁਲਾ ਲਓ ਵਾਹਿਗੁਰੂ ਸੱਚਾ ਪਾਤਸ਼ਾਹ। ਦੇਖ ਲਾ ਬਿਨਾਂ ਜੀਆਂ ਤੋਂ ਘਰ ਕਿਹੋ ਜਿਹੇ ਹੋ ਜਾਂਦੇ ਨੇ ਸੱਚਾ ਪਾਤਸ਼ਾਹ। ਬੇਬੇ ਜੀ ਬੇਬੇ ਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਠੀਕ ਨੇ ਜੀ ਸਿਹਤਾਂ ਜੀ? ਵਾਹ ਜੀ ਵਾਹ, ਠੀਕ ਹੈ ਜੀ। ਹੁਣ ਕਿੰਨੀ ਕੁ ਪ੍ਰੋਬਲਮ ਆ ਜੀ? ਉੱਪਰ ਰਹਿੰਦਾ ਬਾਈ, ਕੀ ਕਾਰਨ ਕੀ ਆ? ਨਿਕਲਦਾ ਕਿਉਂ ਨਹੀਂ ਜੀ ਬਾਈ? ਅੱਛਾ, ਕੀ ਨਾਮ ਆ ਬਾਈ ਦਾ? ਨਾਮ ਕੀ? ਕਸ਼ਮੀਰ ਵੀਰੇ ਆ ਜਾਓ। ਹੋਰ ਵੀਰੇ ਕੀ ਹਾਲ ਨੇ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੈਠੋ। ਜੱਸੀ ਬਾਈ ਨੇ ਭੇਜਿਆ ਵੀਰੇ, ਜੱਸੀ ਨੇ ਜੀ। ਬੈਠੋ, ਤੁਸੀਂ ਬੈਠੋ, ਪਾ ਲਓ। ਕੋਈ ਨਾ ਕੋਈ ਨਾ ਜਾ ਜਾਣ ਦੇ ਵੀਰੇ ਨੂੰ, ਜਾ ਜਾਣ ਦੇ। ਹਾਂਜੀ ਹਾਂ, ਜਾ ਜਾਣ ਦੇ। ਨਹੀਂ ਨਾ, ਕੁਛ ਨਹੀਂ ਪੀਣਾ ਬੇਬੇ ਜੀ, ਕੁਛ ਨਹੀਂ ਪੀਣਾ ਜੀ। ਕੀ ਉੱਪਰ ਕਿਉਂ ਨਹੀਂ ਜਾਣ ਦਿੰਦੇ? ਵਾਹਿਗੁਰੂ ਸੱਚਾ ਪਾਤਸ਼ਾਹ। ਬਾਈ ਦੀ 77 ਦਾ ਜਨਮ ਆ ਨਾ, ਮੇਰੇ ਲਾਣੇਦਾਰ ਤੋਂ 5-6 ਸਾਲ ਛੋਟੇ ਨੇ। ਅੱਛਾ, ਲੈਟ ਯਾਰ। ਅੱਛਾ ਅੱਛਾ ਅੱਛਾ, ਠੀਕ ਆ। ਇੱਧਰ ਵੀ ਕਮਰਾ, ਘਰ ਤਾਂ ਬਹੁਤ ਸੋਹਣਾ ਬਣਿਆ ਹੋਇਆ ਕਸ਼ਮੀਰ ਬਾਈ ਦਾ। ਓਕੇ।
अंदर बदबू बहुत ज़्यादा आ रही है। इधर दिखाओ माड़ा जा, पानी भर भर के रखी है, रखे हुआ भाई ने। वाहेगुरु, तुम देखो वॉशिंग मशीन पुट्ठी दिखाओ। इधर जिहड़ा टॉयलेट का पानी होंदा ना, वह भाई ये कढ़ कढ़ के ना बूटियां नूं दे जांदा। वाहेगुरु, देखो संतां दी तस्वीर लगी है, राज करेगा खालसा। वाहेगुरु वाहेगुरु सच्चा पातशाह। देखो कंधा के उपरों किचे पिछे की लगे, बट टॉयलेट लगी। हाँ जी हाँ जी, हथ फेरिया बट टॉयलेट का, सारी कंध के उपर। इधर देखो अगे सारी जी टॉयलेट आ। देखो संघ जी अपना उन्होंने बिरन के नीचे ले जा। कोई ना कोई ना कोई ना कोई ना हो जाए तो रेडी हो जाते हैं। वाहेगुरु सच्चा पातशाह। होर भीरे तो फोटो खिंच रहे हैं थोड़ी, जो मर्जी तो मर्जी खिंची जा रहा है। घर थोड़ा बहुत सोहना बनाया हुआ जी। अच्छा इधर इधर कमरे च रखे हुए सी जी। वाह जी वाह, बहुत सोहना घर बनाया भाई जी, कश्मीर भाई का। अच्छा जी उरे ठीक है ठीक है, यानी कि किसी वक्त उरे महाराज का स्वरूप रखे हुआ सी ना, महाराज का प्रकाश थी उरे, है ना जी। और संगत जी तुसी देख लिया घर दे विच एक बजुर्ग माता, वो उन्होंने पिता जी ने जेडे प्रचारक होंगे सी जी। अच्छा ये जो सके जी, अच्छा ठीक है जी। और ये रस्सियाँ रुस्सियाँ जी बई कश्मीर नहीं बनिया भी है ना जी। उधर कमरे च कंधा कुंधा से टॉयलेट टुलट लगी पी है ना जी पूरी। हाँ जी हाँ जी, ये सामने गल कर ली शुरू कर दी जी। अच्छा अच्छा जी जी। अच्छा किन्नी की प्रॉब्लम आई, किन्नी की सिस्टम सही करता है ਤੁਸੀਂ 10 ਮਿੰਟ 'ਚ ਦੇਖਿਓ ਇਹਨੇ ਹੋਰ ਤਰ੍ਹਾਂ ਕਰਨਾ, ਜਿੱਦਾਂ ਗਾਣਾ ਕੱਢਣ ਲੱਗ ਜਾਂਦਾ ਮਾਂ ਭੈਣ ਦੀਆਂ, ਤੁਹਾਨੂੰ ਵੀਡੀਓ ਸੈਂਡ ਕੀਤੀ ਹੋਣੀ ਹੈ ਆਪਣੀ ਮਾਂ ਨੂੰ, ਜਿੱਦਾਂ ਗਲਤ ਬੋਲਣ ਲੱਗ ਜਾਂਦਾ ਬਹੁਤ ਜ਼ਿਆਦਾ ਇਹ ਮੁਹੱਲੇ 'ਚ ਜਨਾਨੀਆਂ ਲੰਘਦੀਆਂ ਵੜਦੀਆਂ। ਆਹ ਸੀਗਾ ਅੰਦਰ ਪੀਣ ਵਾਲਾ ਜੱਗ, ਉੱਥੇ ਵੀ ਟੋਇਲਟ ਲਾਈ ਹੈ ਭਾਅ ਜੀ, ਉੱਥੇ ਵੀ ਟੋਇਲਟ ਲਾਈ। ਅੱਜ ਦੇਖੀ ਮਾੜਾ ਅੱਜ ਪੜਦੇ ਨਾ ਦੇਖ ਲੈਣੇ ਸੰਗਤ ਜੀ, ਤੁਹਾਨੂੰ ਬਾਕੀ ਗੱਲ ਬਾਅਦ 'ਚੋਂ ਦੱਸਦੇ ਹਾਂ ਜੀ। ਵਾਹਿਗੁਰੂ। ਅੱਛਾ ਬਾਲਟੀਆਂ ਭਰ ਭਰ ਰੱਖੀਆਂ ਮੈਨੇ ਕਿੰਨਾ ਕੁ। ਓਕੇ ਓਕੇ ਓਕੇ, ਬਹੁਤ ਸੋਹਣਾ ਘਰ ਬਣਿਆ ਵਾ ਸਾਡੇ ਭਰਾ ਦਾ ਜੀ, ਕਸ਼ਮੀਰ ਸਿੰਘ ਦਾ ਨਾ ਜੀ। ਅੱਛਾ ਜੀ ਇਹ ਟੋਇਲਟ ਦਾ ਪਾਣੀ ਭਰਿਆ ਵਾ ਲੱਗਦਾ ਮੈਨੂੰ। ਹਾਂਜੀ ਹਾਂਜੀ ਹਾਂਜੀ, ਆਪਣਾ ਕਸ਼ਮੀਰ ਵੀਰੇ ਸਫਾਈ ਨਹੀਂ ਤੁਸੀਂ ਕਰੀ ਵੀ, ਹੈ ਨਾ ਜੀ। ਇਹ ਸਫਾਈ ਕਰਨ ਵਾਲੇ ਘਰ ਦੀ ਆਹ ਕੀ ਚੀਜ਼ ਹੈ? ਅੱਛਾ ਆਹ ਕੀ ਚੀਜ਼ ਲੱਗੀ ਵੀ ਹੈ ਜੀ? ਇਹ ਤਾਂ ਸਫਾਈ ਹੋਣ ਵਾਲੀ ਆ ਜੀ ਬਹੁਤ। ਅੱਛਾ ਅੱਛਾ, ਉਹ ਫਿਰ ਪੁਰਾਣਾ ਹੋ ਕੇ ਨਾ ਆ ਪਾਪੜੀਆਂ ਜਾਂ ਤਾਂ ਹੀ ਉਤਰਨ ਲੱਗ ਗਈਆਂ ਨਾ ਪਹਿਲਾਂ ਦੀਆਂ ਵੀਰੇ, ਇਹਨੂੰ ਖਾਸੇ ਸਾਲ ਹੋ ਗਏ ਹੋਣੇ, ਹੈ ਨਾ ਵੀਰੇ? ਅੱਛਾ ਜੀ ਅੱਛਾ ਜੀ, ਠੀਕ ਹੈ ਠੀਕ ਹੈ ਠੀਕ ਹੈ ਜੀ। ਅੱਛਾ ਠੀਕ ਹੈ ਜੀ, ਉੱਧਰ ਹੀ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ। ਓਕੇ ਜੀ ਓਕੇ 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 ਓਕੇ। ਹਾਂ ਅੱਛਾ ਵੀ ਬਾਈ ਕਸ਼ਮੀਰ ਨਹੀਂ ਪੱਟਿਆ ਵਾ ਨਾ, ਸਾਰੀ ਟੋਇਲਟ ਲਈ ਵੀ ਆ ਵੀਰੇ, ਕਰ ਕਰਕੇ ਟੋਇਲਟ ਲਈ ਵੀ ਆ ਜੀ। ਵਾਹਿਗੁਰੂ, ਇਹਨਾਂ 'ਚ ਇਸ਼ਨਾਨ ਕਰਦਾ ਬਾਈ ਫਿਰ। ਵਾਹਿਗੁਰੂ ਵਾਹਿਗੁਰੂ ਸੱਚਾ ਪਾਤਸ਼ਾਹ, ਸਾਰੀ ਟੋਇਲਟ ਨਾਲ ਇੰਨੀ ਬਦਬੂ, ਦੇਖੋ ਪੈਪ ਪੱਟੇ ਪਏ ਨੇ। ਚਲੋ ਵਾਹਿਗੁਰੂ। ਅੱਛਾ ਪੁਰਾਣਾ ਹੋ ਕੇ ਹੈ ਨਾ ਵੀਰੇ, ਖਰਾਬ ਹੋ ਗਿਆ ਰੰਗ, ਖਰਾਬ ਹੋ ਗਿਆ ਜੀ 14-15 ਸਾਲ 'ਚ ਤਾਂ ਫਿਰ ਹੋਣਾ ਹੀ ਸੀ ਖਰਾਬ ਜੀ। ਆ ਪਾਪੜ ਜਿਹਦਾ ਉੱਤਰ ਨਹੀਂ ਸੀਗੇ, ਹੈ ਨਾ ਵੀਰੇ? ਉਹ ਦੇਖੋ ਉੱਧਰ ਵੀ। ਚਲੋ ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ ਜੀ। ਤੁਸੀਂ ਉਰੀ ਉਰੀ ਆਹ ਤੁਹਾਡੀ ਫੋਟੋ ਹੈ ਜੀ? ਅੱਛਾ ਇਹ ਗੱਤਕਾ ਸਿਖਾਉਂਦੇ ਸੀ ਜੀ, ਇਹਨਾਂ ਦੇ ਰੀਅਲ ਬ੍ਰਦਰ। ਇਹਨਾਂ ਦੀ ਕਿੰਨੀ ਉਮਰ ਸੀ ਜੀ? ਕੀ ਪ੍ਰੋਬਲਮ ਆਈ ਸੀ? ਅਟੈਕ ਹੋ ਗਿਆ ਸੀ ਜੀ। ਅੱਛਾ ਫਿਰ ਠੀਕ ਹੈ ਜੀ। ਫਿਰ ਇਹਨਾਂ ਦੇ ਪਿਤਾ ਜੀ ਡੈਥ ਕਦੋਂ ਹੋਈ ਇਹਨਾਂ ਦੀ? 2010 'ਚ। ਇਹ ਕਿੰਨੇ 'ਚ ਹੋਈ ਸੀ ਜੀ? ਇਹ ਬੀਚ ਹੋਈ ਹੈ ਨਾ,
ਅੱਛਾ ਤੁਸੀਂ ਫਿਰ ਉਰੀ ਆਸ਼ਨ ਲਾਇਆ ਵਾ ਤੁਹਾਡਾ ਹੈ? ਮੈਂ ਇੱਥੇ ਸੌਣਾ ਥੱਲੇ ਜੀ। ਓਕੇ ਜੀ ਓਕੇ। ਮੰਜੇ ਤੇ ਕਦੀ ਨੀਂਦ ਨਹੀਂ ਆਈ। ਬਿਲਕੁਲ ਬਿਲਕੁਲ। ਪਹਿਲਾਂ ਤਾਂ ਥੱਲੇ ਸੌਣਾ। ਆ ਚਲੋ ਪੁਰਾਣੇ ਬੰਦੇ ਨੂੰ ਨਹੀਂ ਵੀ ਆਉਂਦੀ। ਅੱਛਾ ਇਹ ਵੀਰਾ ਗੱਤਕਾ ਸਿਖਾਉਂਦਾ ਸੀ ਹੈ ਨਾ ਜੀ? ਹਾਂਜੀ। ਕਾਫੀ ਵਧੀਆ ਅਕੈਡਮੀ ਚ 350 ਸਾਲਾਂ ਮਨਾਇਆ ਸੀ ਅਨੰਦਪੁਰ ਸਾਹਿਬ। ਹਾਂਜੀ। ਬੀਬੀ ਜਗੀਰ ਕੌਰ ਨੇ ਉਦੋਂ ਸਨਮਾਨਿਤ ਕੀਤਾ ਸੀ ਪਹਿਲੀ ਵਾਰ ਜਦੋਂ ਪ੍ਰਧਾਨ ਜੀ ਉਦੋਂ ਸਭ ਤੋਂ ਪਹਿਲਾਂ ਭਾਜੀ ਹੁਣਾਂ ਨੂੰ ਉਹਨਾਂ ਨੇ ਇਨਵਾਈਟ ਕੀਤਾ ਸੀਗਾ ਜੀ। ਇਹ ਇਹਨਾਂ ਦਾ ਭਾਜੀ ਬਹੁਤ ਵਧੀਆ ਰਿਹਾ ਜਿੱਦਾਂ ਜੀ ਸਿੱਖੀ ਬਾਰੇ ਜ਼ਿਆਦਾ ਸੀ ਇਹਨਾਂ ਦਾ। ਅੱਛਾ ਕਿਵੇਂ ਸਿੱਖੀ ਬਾਰੇ ਮਾੜਾ ਕਿਵੇਂ ਸੀ ਕਸ਼ਮੀਰ ਵੀਰੇ ਤੁਸੀਂ ਦੱਸੋ ਮਾੜਾ ਸਿੱਖੀ ਬਾਰੇ। ਅਸੀਂ ਤਾਂ ਉਹੀ ਨੌਲੇਜ ਨਾਲ ਜੀ ਹੁਣ ਪਰਿਵਾਰ 'ਚ ਰਹੇ ਤਾਂ ਪਹਿਲਾਂ ਤਾਂ ਗੁਰਦੁਆਰੇ ਜਾਂਦੇ ਹੋਰ ਕਦੇ ਗਏ ਨਹੀਂ। ਤੁਹਾਡੇ ਪਿਤਾ ਜੀ ਵੀ ਪ੍ਰਚਾਰਕ ਸੀਗੇ ਹੈ ਨਾ ਜੀ? ਪਹਿਲਾਂ ਪਰਿਵਾਰ ਮਾੜੇ ਬੀੜ ਘਰੇ ਹੁੰਦੇ ਸੀ। ਅੱਛਾ ਠੀਕ ਹੈ ਜੀ। ਘਰ ਵੀ ਘਰ ਸਿਖਾਉਂਦੇ ਵੀ ਹੁੰਦੇ ਸੀ ਗੱਤਕਾ। ਅੱਛਾ ਠੀਕ ਹੈ ਜੀ। ਮਹੱਲੇ ਚ ਕੋਈ ਵੀ ਹੈਲਪ ਕਰਨ ਨੂੰ ਹੈ ਨੀ ਭਾਵੇਂ ਜੀ ਆਉਂਦਾ ਵੀ ਨੀ ਭਾਜੀ ਕੋਈ ਪਤਾ ਜਾਣੀ ਹੈ ਨਾ ਪਰਿਵਾਰ ਮਾਤਾ ਗੁਰਦੁਆਰੇ ਚੱਲ ਜਾਂਦੇ ਹੁੰਦੇ ਸੀ ਗੁਰਦੁਆਰੇ ਉਹਨਾਂ ਨੂੰ ਮੈਂ ਹਰੇਕ ਸੰਗਰਾਂ ਗੁਰਦੁਆਰੇ ਵੀ ਲੈ ਕੇ ਜਾਂਦਾ ਜੀ। ਤੁਸੀਂ ਕੀ ਪਰਿਵਾਰਕ ਮੈਂਬਰ ਹੋ ਕੇ ਦੋਸਤ ਹੋ? ਨਹੀਂ ਨਹੀਂ ਭਾਜੀ ਮੈਂ ਜੇ ਭਾਜੀ ਹੁਣੇ ਜਿਹੜੇ ਛੋਟੇ ਓਮਕਾਰ ਸਿੰਘ ਹੈ ਨਾ ਮੈਂ ਉਹਨਾਂ ਦਾ ਸ਼ਗਿਰਦ ਦੇ ਫਾਰਮ ਨੂੰ। ਅੱਛਾ ਜੀ। ਛੋਟਾ ਹੁੰਦਾ ਮੈਂ ਇੱਥੇ ਆਣਾ ਭਾਜੀ। ਅੱਛਾ ਤੁਸੀਂ ਉਹਨਾਂ ਕੋਲ ਗੱਤਕਾ ਸਿੱਖਦੇ ਤੇ? ਹਾਂਜੀ ਹਾਂਜੀ ਭਾਜੀ ਮੇਰੇ ਸਿਰ ਤੇ 7 ਤੇ 60 ਲੱਗ ਗਏ ਸੀਗੇ। ਓਕੇ ਜੀ। ਪਹਿਲਾਂ ਡਾਕਟਰਾਂ ਨੇ ਥੋੜੇ ਇਹਨਾਂ ਦੇ ਬ੍ਰਦਰ ਦਾ ਕੀ ਨਾਮ ਸੀ ਇਹਨਾਂ ਦਾ ਜੀ? ਓਮਕਾਰ ਸਿੰਘ। ਓਮਕਾਰ ਸਿੰਘ ਜੀ ਦੇ ਤੁਸੀਂ ਜਾਣ ਕੇ ਲਾ ਲਓ ਉਹਨਾਂ ਕਰਕੇ ਤੁਸੀਂ ਇਸ ਵੀਰੇ ਦੇ ਨਾਲ ਹੋ ਪਰਿਵਾਰ ਦੀ ਮਦਦ ਕਰਦੇ ਹਾਂ ਜੁੜੇ ਆ ਮੈਂ ਇੱਥੇ ਉਦੋਂ ਤੋਂ ਇੱਥੇ ਆਉਂਦਾ ਪਿਆ ਮੈਂ ਮੇਰਾ ਮੈਂ ਆਪਣਾ ਭਾਜੀ ਕੰਮ ਕਰਦਾ। ਤੁਸੀਂ ਕਸ਼ਮੀਰ ਵੀਰੇ ਤੁਸੀਂ ਵੀ ਬੇਬੇ ਜੀ ਦੀ ਮਦਦ ਤਾਂ ਕਰਿਆ ਕਰੋ ਬੇਬੇ ਜੀ ਬਿਰਧ ਹੋ ਘਰ ਹੁਣ ਘਰ ਤਾਂ ਮੈਂ ਇਹ ਕੰਮ ਕਰਦਾ ਪਹਿਲਾਂ ਮੈਂ ਬਾਹਰ ਕੰਮ ਕਰਦਾ ਬਾਹਰ ਮੈਂ ਕੰਮ ਕਰਨ ਹੁਣ ਜਾਂਦਾ ਨਹੀਂ ਠੀਕ ਹੈ ਜੀ ਪਹਿਲਾਂ ਜਾਂਦੇ ਹੁੰਦੇ ਹੁਣ ਮੈਂ ਜਾਂਦਾ ਨਹੀਂ ਬਿਲਕੁਲ 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 ਹੁਣ ਹੈ ਨਹੀਂ ਹੁਣ ਮਾਤਾ ਆਣੀ ਹੁਣ ਘਰ ਪਿਆ ਝਾੜ ਪੁੱਛੇ ਆਪੇ ਗਈ ਦਾ ਸੂਰ ਨਹੀਂ ਕਹਿੰਦੇ ਬਿਲਕੁਲ ਬਿਲਕੁਲ ਮਾਤਾ ਜੀ ਬਿਰਧ ਹੁਣ ਤੁਹਾਨੂੰ ਕਰਨਾ ਪਊਗਾ ਤੁਸੀਂ ਹੁਣ ਮੇਨ ਬੰਦੇ ਹੈ ਨਾ ਇਹਨਾਂ ਨਹੀਂ ਕਰਨਾ ਜੀ ਜੀ ਬਿਲਕੁਲ ਆ ਜਾਓ ਫਿਰ ਵੀਰੇ ਅੱਛਾ ਬਾਈ ਨੇ ਬਾਲਟੀਆਂ ਬਹੁਤ ਭਰ ਭਰ ਕੇ ਰੱਖੀਆਂ ਮੇਰੇ ਪਾਣੀ ਦੀਆਂ ਭਾਈ ਇੱਥੇ ਟੈਂਕੀ ਹੋਈ ਉਹ ਖਰਾਬ ਅੱਛਾ ਉੱਪਰੋਂ ਬਾਲਟੀਆਂ ਥੱਲੇ ਭਰ ਕੇ ਪਾਣੀ ਇੱਥੇ ਰੱਖ ਅੱਛਾ ਜੀ ਟੈਂਕੀ ਜੀ ਓਕੇ ਜੀ ਆ ਭਾਜੀ ਨੇ ਭਾਜੀ ਦਵਾਈਆਂ ਵੀ ਬਣਾਈਆਂ ਆ ਭਾਜੀ ਨੇ ਸਾਡੇ ਇਦਾਂ ਅੱਛਾ ਕਸ਼ਮੀਰ ਬਾਈ ਨੇ ਹਾਂ ਭਾਜੀ ਆ ਦੇਖੋ ਅੱਛਾ ਆਪ ਦਵਾਈ ਇਹ ਦਿਖਾਇਓ ਕਾਦੇ ਕਾਦੇ ਨੇ ਜੀ ਦੇਖਿਓ ਭਾਜੀ ਪੱਤੇ ਕੁੱਟਿਓ ਭਾਜੀ ਹੈ ਨਾ ਆ ਦੇ ਇਹ ਕਾਦੀਆਂ ਦਵਾਈਆਂ ਨੇ ਕਸ਼ਮੀਰ ਇਹ ਭਾਜੀ ਪੱਤੇ ਦਵਾਈਆਂ ਆਪ ਦੇਸੀ ਦੇਸੀ ਦਵਾਈਆਂ ਅੱਛਾ ਓਕੇ ਜੀ ਓਕੇ ਓਕੇ ਅੱਛਾ ਇਹ ਕਾਦੇ ਕਿਹੜੇ ਅੱਛਾ ਸਾਲੇ ਪੱਤੇ ਭਾਜੀ ਅੱਛਾ ਹਾਂਜੀ ਪੱਤੇ ਸਾਲੇ ਤੇ ਹੈ ਨਾ ਇਹ ਕਿਸ ਚੀਜ਼ ਲਈ ਬਾਈ ਵਰਤਦਾ ਇਹ ਹਾਂ ਭਾਜੀ ਨੇ ਇਹ ਭਾਜੀ ਆਪਣੇ ਮੈਡੀਸਨ ਬਣਾਈ ਹੋ ਭਾਜੀ ਨੇ ਅੱਛਾ ਜੀ ਇਹ ਕਾਦੇ ਲਈ ਹੈ ਕਸ਼ਮੀਰ ਵੀਰੇ ਭਾਈ ਖਾਣ ਵਾਸਤੇ ਹੀ ਆ ਭਾਵੇਂ ਤੁਸੀਂ ਗੱਲ ਪਾਣੀ ਨਾ ਚਾਹ ਨਾ ਪਾਣੀ ਨਾ ਚਾਹ ਨਾ ਜਾਣਾ ਮਰਜ਼ੀ ਗੱਲ ਇਹ ਉਹ ਕਿਸ ਚੀਜ਼ ਜਣੀ ਕਈ ਕਿ ਦਿਨ ਕਹਿੰਦੇ ਭੁੱਖ ਨਹੀਂ ਲੱਗਦੀ ਜਿੱਦਾਂ ਇਹ ਖਾ ਕੇ ਹਾਂ ਇਹ ਕਿਹੜੇ ਕਾਦੇ ਪੱਤੇ ਨੇ ਜੀ ਆ ਸਾਹਮਣੇ ਨਾਲੇ ਕੋਲੇ ਦਾ ਰਖਤ ਲੱਗਾ ਮੇਰੇ ਵੀ ਲਾਉਣ ਲਾਇ ਤੇ ਰਖਤ ਤੋਂ ਰਖਤ ਦੇ ਜੀ ਆਮ ਦਰਖਤ ਲੱਗੇ ਮੈਨੂੰ ਤਾਂ ਪਪੂਲਰ ਦੇ ਲੱਗੇ ਜੀ ਨਹੀਂ ਆ ਪਪੂਲਰ ਦੇ ਨਹੀਂ ਪਰ ਇੱਥੇ ਆਮ ਦਰਖਤ ਕੋਈ ਵੀ ਹੋਵੇ ਅੱਛਾ ਉਹਦੇ ਬੂਦ ਹੋ ਗਿਆ ਜਾਂ ਕੁਝ ਵੀ ਹੋ ਗਿਆ ਮਰੂਦ ਹਾਜਮੇ ਲਈ ਉਦੋਂ ਚੰਗਾ ਹੁੰਦਾ ਜੀ ਆਜੋ ਵੀਰੇ ਆਜੋ ਆਜੋ ਜੱਗ ਚ ਵੀ ਪਾਣੀ ਬਾਈ ਦਾ ਬਹੁਤ ਪਾਣੀ ਬਹੁਤ ਭਰਿਆ ਵਾ ਵੀਰੇ ਨੇ ਪਾਣੀ ਪੀਣਾ ਹੈ ਪਾਣੀ ਪੀਣਾ ਜਾਣਾ ਜੀ ਬਹੁਤ ਜ਼ਿਆਦਾ ਭਰਿਆ ਵਾ ਪਾਣੀ ਟੈਂਕੀ ਖਰਾਬ ਆ ਜੀ ਟੈਂਕੀ ਉੱਪਰ ਖਰਾਬ ਆ ਮੋਟਰ ਖਰਾਬ ਕਰਕੇ ਨਾ ਟੈਂਕੀ ਰੋਜ਼ ਪਾਣੀ ਦਰਾਸਾ ਲਗਾ ਪਾਣੀ ਆਪੇ ਭਰੀ ਜਾਂਦਾ ਹਾਂ ਉਸ ਵਾਰ ਉਹਨੇ ਥੱਲੇ ਪਾਣੀ ਭਰਦਾ ਥੱਲੋਂ ਲੈ ਕੇ ਆਉਂਦੇ ਹੋ ਮੰਗੇ ਨਾ ਭਰ ਕੇ ਥੱਲੇ ਕੋਈ ਟੂਟੀ ਚੱਲਦੀ ਉੱਪਰ ਪਾਣੀ ਇਹਦੇ ਭਰਦਾ ਅੱਛਾ ਥੱਲੇ ਇੱਕ ਟੂਟੀ ਨਾ ਹੀ ਠੀਕ ਹੈ ਜੇ ਲੈਟ ਨਹੀਂ ਹੁੰਦੀ ਫੇਰ ਮਤਲਬ ਇੱਕ ਦਿਨ ਜੇ ਹੁਣ ਤਾਂ ਸਵੇਰ ਨੂੰ ਬੈਠਾ ਨਹੀਂ ਫਿਰ ਦੁਪਹਿਰ ਨੂੰ ਜੋ ਲੈਠਾ ਨਹੀਂ ਲਿਓ ਜੀ ਭਾਈ ਖਾਣ ਨੂੰ ਟੋਲ ਟੋਲ ਲੱਗਿਆ ਹੈ ਪਲਟ ਖਾਣ ਲੱਗਿਆ ਖਾਂਦਾ ਵੀ ਟੋਲ ਟੀ ਯਾਰ ਪਲਟ ਖਾ ਪੱਕਾ ਸ਼ੋਰ ਭਾਈ ਮੈਂ ਦੇਖਿਆ ਭਾਈ ਤੁਸੀਂ ਮੇਰੀ ਇੱਕ ਉਰੇ ਹੋ ਇਹਦੇ ਬਹਿ ਜਾਓ ਅੱਛਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਉਰੇ ਹੋ ਹਾਂ ਇੱਧਰ ਹੋ ਤੁਸੀਂ ਇਹ ਗੱਲ ਜਿਹੜੀ ਕਿ ਤੁਸੀਂ ਆਪ ਦੇਖਿਆ ਮੈਂ ਭਾਜੀ ਦੋ ਵਾਰੀ ਉੱਪਰ ਆਇਆ ਮੈਂ ਤਾਂ ਜਦੋਂ ਨਾ ਮੈਨੂੰ ਇੰਨਾ ਰੋਕਦਾ ਨਹੀਂ ਹੈਗਾ ਅੱਛਾ ਕਿਸੇ ਵੇਲੇ ਜਦੋਂ ਇਹਦਾ ਦਿਮਾਗ ਜ਼ਿਆਦਾ ਖਰਾਬ ਹੋ ਜਾਂਦਾ ਉਸ ਵੇਲੇ ਉੱਪਰ ਆਉਣ ਤੋਂ ਰੋਕਦਾ ਵੈਸੇ ਮੈਂ ਉੱਪਰ ਘੁੰਮਦਾ ਰਹਿੰਦਾ ਹਾਂ ਗੇਟ ਝੰਬਲੋ ਆਵਾਜ਼ ਜਾਓ ਨੀਚੇ ਆਪਾਂ ਗੱਲ ਕਰੀਏ ਖੁੱਲ੍ਹ ਕੇ ਦੱਸੀਏ ਵੀਰ ਬਾਰੇ ਆਪਾਂ ਅੱਛਾ ਜੀ ਇਹਨਾਂ ਨੇ ਨਾ ਭਾਜੀ ਜਿੱਦਾਂ ਉੱਪਰ ਆਇਆ ਮੈਂ ਚੜ੍ਹਦੇ ਨਾ ਜੀ ਇੱਥੇ ਖੜਾ ਸੀ ਭਾਜੀ ਟੋਲਟੇ ਨੇ ਹੱਥ 'ਚ ਫੜੀ ਇੱਦਾਂ ਹਾਂਜੀ ਤੇ ਐਂ ਖਾਣ ਲੱਗਾ ਪਿਆ ਉਹ ਵਾਹਿਗੁਰੂ ਤੇ ਮੈਂ ਇਹਨੂੰ ਬੜਾ ਹੋਤਾ ਮਾਤਾ ਨੂੰ ਦੱਸਿਆ ਮੈਂ ਕਿਹਾ ਮਾਤਾ ਇੱਦਾਂ ਕਰਦਾ ਪਿਆ ਨਾ ਫੇਰ ਇਹਨੇ ਚੱਕ ਕੇ ਆਹ ਚੀਜ਼ ਉਸ ਵੇਲੇ ਇਹਨੇ ਇੱਦਾਂ ਫੇਰੀ ਸੀ ਅੱਛਾ ਇਹ ਟੋਇਲਟ ਆ ਸਾਰੀ ਹੈ ਨਾ ਹਾਂ ਸਾਰੀ ਕੰਧ ਤੇ ਸਾਰੀ ਕੰਧ ਤੇ ਦੇਖੋ ਰੰਗ ਤਾਰਿਆ ਹੋਇਆ ਟੋਇਲਟ ਕਿਧਰੀ ਅੱਛਾ ਜੀ ਚਲੋ ਜੀ ਅੱਛਾ ਸੰਗਤ ਜੀ ਇਸ ਵੀਰ ਬਾਰੇ ਅਸੀਂ ਬਾਅਦ 'ਚੋਂ ਤੁਹਾਨੂੰ ਲੰਬੀ ਗੱਲ ਦੱਸਦੇ ਜੀ ਵੀ ਕੀ ਪ੍ਰੋਬਲਮ ਆ ਜੀ ਵਾਹਿਗੁਰੂ ਸੱਚੇ ਪਾਤਸ਼ਾਹ
है जी। अच्छा आ की चीज़ करी हुई है जी। ਉਹ ਵਾਹਿਗੁਰੂ। ਆ ਦੇਖੋ ਸੰਗਤ ਜੀ, ਹੁਣ ਤੁਹਾਨੂੰ ਅਸੀਂ ਵੀਰ ਦੇ ਹਾਲਾਤ ਦੱਸਦੇ ਹਾਂ, ਕਿੱਡਾ ਸੋਹਣਾ ਜਿਹੜਾ ਕਹਿ ਸਕਦੇ ਹੋ ਘਰ ਆ। ਤੁਸੀਂ ਸਾਰਾ ਘਰ 'ਚ ਕੈਮਰਾ ਮਾਰ ਕੇ ਦਿਖਾਓ। ਔਰ ਭਗਤ ਸਿੰਘ ਜੀ ਦੀ ਤਸਵੀਰ ਲੱਗੀ ਹੋਈ ਆ। ਭਗਤ ਸਿੰਘ ਜੀ ਦਾ ਪਿੰਡ ਵੀ ਬਿਲਕੁਲ ਨੇੜੇ ਆ ਉਰੇ। ਵੀਰੇ ਆ ਜਾਓ, ਬੈਠੋ, ਜਾਇਓ ਨਾ। ਅੱਛਾ ਬਾਹਰੋਂ ਲਾ ਦਿਓ। ਔਰ ਤੁਸੀਂ ਦੇਖ ਲਿਆ ਜੀ, ਭਗਤ ਸਿੰਘ ਜੀ ਦਾ ਪਿੰਡ ਵੀ ਨੇੜੇ ਆ ਉਰੇ। ਇਹ ਘਰ ਦੇ ਵਿੱਚ ਇੱਧਰ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਆ ਜੀ। ਔਰ ਇੱਧਰ ਜਿਹੜੀ ਚੀਜ਼ ਆ ਨਾ ਜੀ, ਇਹ ਜਿਹੜੀ ਟੋਇਲਟ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਸਾਰੀ। ਇਹ ਵੀਰੇ ਨੇ ਦੱਸਿਆ, ਇਹ ਵੀਰ ਇਕੱਲੇ ਹੀ ਸੀ ਜਦੋਂ ਇਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ। ਉਸ ਤੋਂ ਬਾਅਦ ਭਰਾ ਦੀ ਮੌਤ ਹੋਣ ਤੋਂ ਬਾਅਦ ਬੇਬੇ ਜੀ ਬਿਰਧ ਨੇ, ਇਹਨਾਂ ਦੇ ਪਿਤਾ ਜੀ ਤੁਹਾਨੂੰ ਦੱਸਿਆ ਪ੍ਰਚਾਰਕ ਸੀ, ਔਰ ਇਹ ਵੀਰ ਕਸ਼ਮੀਰ ਸਿੰਘ ਮੈਂਟਲੀ ਇੰਨਾ ਜ਼ਿਆਦਾ ਹੋ ਗਿਆ। ਉਹ ਵੀਰ ਕਹਿੰਦਾ ਆਪਣੀ ਟੋਇਲਟ ਤੱਕਾਂ ਦਾ ਸਾਰੀਆਂ ਕੰਧਾਂ ਭਰੀਆਂ ਹੋਈਆਂ ਨੇ। ਇਸ ਘਰ ਦੇ ਵਿੱਚ ਨਾ ਤਾਂ ਕਿਸੇ ਨੂੰ ਉੱਪਰ ਆਉਣ ਦਿੰਦਾ, ਇੰਨੀਆਂ ਬੁਰੀਆਂ ਗਾਲਾਂ ਕੱਢਦਾ ਇਹ ਵੀਰ ਸਾਡੇ ਕੋਲ। ਵੀਡੀਓ ਫੋਟੋ ਜਦੋਂ ਪਹੁੰਚੀ ਹੈ ਨਾ, ਤਾਂ ਸਾਨੂੰ ਇਹ ਲੱਗਿਆ ਵੀ ਜੇਕਰ ਮੇਰੀ ਮਾਂ ਨਾਲ ਇਹ ਚੀਜ਼ ਹੁੰਦੀ ਹੋਵੇ, ਮੈਂ ਕਿਉਂਕਿ ਉਸ ਬੀਬੀ ਜੀ ਨੂੰ ਆਪਣੀ ਮਾਂ ਮੰਨਦਾ। ਔਰ ਇਸ ਘਰ ਦੇ ਕੋਲ ਇਨਕਮ ਦਾ ਕੋਈ ਸਾਧਨ ਨਹੀਂ ਹੈਗਾ ਜੀ, ਘਰ ਦੇ ਹਾਲਾਤ ਦਿਨੋਂ ਦਿਨ ਵਿਗੜਦੇ ਗਏ ਜੀ। ਔਰ ਅੱਗੇ ਤੁਸੀਂ ਦੇਖਿਆ, ਉਹ ਵੀਰ ਦੇ ਸਾਹਮਣੇ ਅਸੀਂ ਤਾਂ ਨਹੀਂ ਬੋਲੇ ਜੀ ਵੀ ਹੈਪਰ ਹੋਊਗਾ, ਜ਼ਿਆਦਾ ਸਾਨੂੰ ਜਾਣ 'ਚ ਪ੍ਰੋਬਲਮ ਕਰੂਗਾ, ਵੀ ਸੀਨ ਕ੍ਰੀਏਟ ਨਾ ਕੋਈ ਹੋਰ ਤਰ੍ਹਾਂ ਦੀ ਗੱਲ ਨਾ ਕਰੇ ਵੀਰ। ਔਰ ਇਹਨਾਂ ਦਰੱਖਤਾਂ ਦੇ ਪੱਤਿਆਂ ਨੂੰ ਤੋੜ ਕੇ ਜੀ ਇਹ ਵੀਰ ਸਵਾਹ ਬਣਾ ਕੇ ਉਹਨਾਂ ਨੂੰ ਖਾ ਲੈਂਦਾ। ਔਰ ਵੀਰ ਨੇ ਦੱਸਿਆ ਗੰਦੀਆਂ ਚੀਜ਼ਾਂ ਖਾਣ 'ਤੇ ਮਜਬੂਰ ਹੈ ਇਸ ਵੀਰ, ਕਹਿੰਦਾ ਮੈਂ ਖੁਦ ਆਪ ਦੇਖਿਆ ਜੀ। ਪਲਾਟ ਵੀ ਇਹਨਾਂ ਦਾ। ਅੱਛਾ ਜੀ, ਇਹ ਪਲਾਟ ਵੀ ਇਹਨਾਂ ਦਾ। ਆਹ ਦੇਖੋ, ਸਾਰੀ ਟੋਇਲਟ ਕੰਧਾਂ ਦੇ ਉੱਪਰ ਇਸ ਵੀਰ ਨੇ ਲਾਈ ਹੋਈ ਆ ਜੀ। ਰੱਬ ਜਾਣੇ ਹੁਣ ਕੀ ਇਹਦੇ ਦਿਮਾਗ 'ਚ ਚੱਲ ਰਿਹਾ ਜੀ। ਜੀ ਇਹ ਵੀ ਜੀ। ਔਰ ਇਹ ਘਰਾਂ ਦੇ ਐਡੇ ਐਡੇ ਹਾਲਾਤ ਕਿੱਦਾਂ ਹੋ ਜਾਂਦੇ ਨੇ, ਤੁਸੀਂ ਸਾਰੇ ਸਮਝਦਾਰ ਹੋ। ਇਹ ਤਾਂ ਕੋਈ, ਹਾਂਜੀ ਇਹ ਟੋਇਲਟ ਹੈ ਨਾ ਜੀ, ਇਹ ਦੇਖੋ। ਵਾਹਿਗੁਰੂ। ਅੱਛਾ ਜੀ, ਇਹ ਕਮਰੇ 'ਚ ਹੈ ਨਾ ਜੀ। ਵਾਹਿਗੁਰੂ ਵਾਹਿਗੁਰੂ। ਅੱਛਾ ਕੰਧਾਂ ਦੇ ਨਾਲ ਹੈ ਨਾ, ਕੰਧਾਂ ਨਾਲ ਨਾ ਲੱਗਿਓ ਤੁਸੀਂ, ਮਾੜਾ ਜਿਹਾ ਧਿਆਨ ਰੱਖਿਓ। ਆ ਟੋਇਲਟ ਨਾਲ ਇਹ ਰੰਗ ਉਤਰਿਆ ਵਾ, ਦੇਖੋ ਤੁਸੀਂ ਸਾਰਾ ਨਾ ਕੰਧ ਦਾ ਉਰੇ ਆ ਕੇ। ਅੱਛਾ ਜੀ, ਅੱਛਾ ਠੀਕ ਹੈ ਜੀ, ਠੀਕ ਹੈ ਜੀ। ਔਰ ਸੰਗਤ, ਅੱਛਾ ਜੀ ਹੁਣ ਆਪਾਂ ਮਾੜਾ ਸੰਗਤ ਨੂੰ ਦੱਸੀਏ ਜੀ, ਕਾਫੀ ਸੰਗਤ ਨਾ ਜੀ ਕਨਫਿਊਜ਼ ਵੀ ਹੋਊਗੀ ਵੀ ਆਪਾਂ ਕਿੱਥੇ ਆਏ ਹਾਂ ਜੀ, ਕਿਉਂਕਿ ਆਪਾਂ ਦੱਸਿਆ ਨਹੀਂ ਹਾਲ ਤੱਕ। ਇਸ ਟਾਈਮ ਸੰਗਤ ਜੀ ਅਸੀਂ ਬੰਗੇ ਸ਼ਹਿਰ 'ਚ ਖੜੇ ਹਾਂ ਜੀ। ਕਿਹੜਾ ਮਹੱਲਾ ਜੀ? ਕ੍ਰਿਸ਼ਨ ਨਗਰ ਮਹੱਲਾ। ਕ੍ਰਿਸ਼ਨ ਨਗਰ ਮਹੱਲਾ ਜੀ। ਇਹ ਵੀਰ ਦੇ ਤੁਸੀਂ ਹਾਲਾਤ ਦੇਖੇ ਨੇ, ਕਸ਼ਮੀਰ ਸਿੰਘ ਆ ਜੀ, ਅਸੀਂ ਪਹਿਲਾਂ ਵੀ ਦੱਸਿਆ ਇਹ ਵੀਰ ਦੀ ਦਿਮਾਗੀ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਗਈ। ਕੀ ਕਰਦਾ ਵੀਰਾ ਜੀ ਉਦੋਂ ਗਾਲਾਂ ਜਿਹੜੀਆਂ ਕੱਢ ਰਿਹਾ ਸੀ ਵੀਰ, ਇੰਨਾ ਜ਼ਿਆਦਾ ਆਪਣੀ ਨਾ ਮਾਂ ਨੂੰ ਬਹੁਤ ਗੰਦੀਆਂ ਗਾਲਾਂ ਕੱਢਣ ਲੱਗ ਜਾਂਦਾ ਜੀ, ਗਲੀ 'ਚ ਜਾਂਦੀ ਲੇਡੀਜ਼ ਹੋਵੇ ਉਹਨੂੰ ਗੰਦੀਆਂ ਗਾਲਾਂ ਕੱਢਦਾ, ਜਾਣੀ ਅੰਡਰਵੇਅਰ ਨਹੀਂ ਮਤਲਬ ਜੀ ਨੰਗਾ ਹੋ ਕੇ ਬਾਹਰ ਖੜ ਜਾਂਦਾ ਜਨਾਨੀਆਂ ਮੂਹਰੇ। ਅੱਛਾ, ਜਿੱਦਾਂ ਨਾ ਗੁਰਦੁਆਰਾ ਇੱਥੇ ਆਪਣੇ ਜੀ ਸ਼ਹੀਦਾਂ ਦਾ ਜੀ, ਇੱਥੇ ਲੇਡੀਜ਼ ਜਿੱਦਾਂ ਸ਼ਾਮ ਨੂੰ ਰੋਜ਼ ਮੱਥਾ ਟੇਕਣ ਆਉਂਦੀਆਂ ਜੀ, ਇਹ ਭਾਜੀ ਗੇਟ ਖੋਲ ਕੇ ਮੂਹਰੇ ਖੜ ਜਾਂਦਾ ਆ, ਲੇਡੀਜ਼ ਨੇ ਕਈ ਵਾਰ ਕੱਪੜੇ ਕੱਢ ਕੇ ਕੀਤੀ, ਹਾਂਜੀ ਕੰਪਲੀਟ ਵੀ ਇੱਦਾਂ ਨਹੀਂ ਉਹਨਾਂ ਦੇ ਮੂਹਰੇ ਕੱਪੜੇ ਕੱਢਣੇ ਆ, ਉੱਥੋਂ ਘਰੇ ਨੰਗਾ ਜਾਂਦਾ। ਅੱਛਾ, ਇੱਦਾਂ ਨਹੀਂ ਕਿ ਉਹਨਾਂ ਨੂੰ ਦਿਖਾਲਣ ਲਈ ਕੁਛ, ਇੱਦਾਂ ਇਹਦਾ ਕੋਈ ਗਲਤ ਚਰਿੱਤਰ ਨਹੀਂ ਆਪਾਂ ਦੱਸਦੇ, ਇਹਨੇ ਇਹਦੇ ਮਨ 'ਚ ਇੱਦਾਂ ਹੈ, ਪਰ ਇਹ ਜੋ ਹੈਗਾ ਭਾਜੀ ਘਰ 'ਚ ਵੀ ਨੰਗਾ ਰਹਿੰਦਾ। ਵਾਹਿਗੁਰੂ, ਇਹ ਚੱਕਰ ਹੈ ਭਾਜੀ ਇਹਦਾ। ਅੱਛਾ ਮਾਤਾ ਜੀ ਦੇ ਹੈ ਜੀ, ਇੱਧਰ ਵੀ ਲੈਟਰ, ਹਾਂ ਟੋਇਲਟ ਨਾਲ ਸਾਰਾ ਘਰ ਲਵੇੜਿਆ ਪਿਆ ਕਰ ਕਰ, ਹੈਂਜੀ ਹਾਂਜੀ ਕੰਧ ਦੇ ਨਾਲ ਮੈਂ ਦੇਖ ਲਿਆ ਜੀ, ਹਾਂਜੀ ਸਾਰੀ ਗੰਦਗੀ ਉਹ ਭਰੀ ਹੋਈ ਆ ਹੈ ਨਾ ਜੀ। ਵਾਹਿਗੁਰੂ। ਰੋਹਿਤ ਦੇਖਿਓ, ਕਸ਼ਮੀਰ ਸਿੰਘ ਨੀਚੇ ਹੀ ਆ ਬਾਈ ਆਪਾਂ ਫਿਰ। ਔਰ ਦੇਖਿਆ ਜੀ ਕਿੱਦਾਂ ਦੇ ਹਾਲਾਤ ਨੇ। ਅੱਛਾ ਜੀ, ਉਸ ਤੋਂ ਬਾਅਦ ਇਹਨੂੰ ਕਿੰਨੇ ਸਾਲ ਹੋ ਗਏ ਵੀਰ ਨੂੰ ਬਿਮਾਰ ਹੋਏ ਨੂੰ? ਇਹ ਭਾਜੀ ਤਕਰੀਬਨ 94 ਤੋਂ ਬਿਮਾਰ ਹੈ ਭਾਜੀ, ਜਦੋਂ ਉਹਨਾਂ ਨੂੰ ਲੈ ਕੇ ਆਉਂਦਾ ਸੀ ਨਾ ਵਾਪਸ, ਇਹਨਾਂ ਨੂੰ ਤਾਂ ਛੱਡਦੇ ਨਹੀਂ ਉਸ ਵੇਲੇ। ਕਿੱਥੋਂ ਵਾਪਸ ਲੈ ਕੇ ਜੀ? ਫਗਵਾੜਾ। ਅੱਛਾ, ਅਸੀਂ ਇੱਕ ਸੰਗਤ ਨੂੰ ਗੱਲ ਦੱਸਣਾ ਭੁੱਲ ਗਏ ਜੀ, ਜਦੋਂ 92 ਦਾ ਦੌਰ ਸੀ ਨਾ ਜੀ, ਉਦੋਂ ਇਹ ਵੀਰ ਬਿਮਾਰ ਪਤਾ ਕਿੱਦਾਂ ਹੋਇਆ ਜੀ? ਅਸੀਂ ਦੁਬਾਰਾ ਸੰਗਤ ਨੂੰ ਇਹ ਦੱਸਣਾ ਚਾਹੁੰਦੇ, ਅਸੀਂ ਭੁੱਲ ਗਏ, ਮਾਫ਼ੀ ਚਾਹੁੰਦੇ ਹਾਂ। ਇਹ ਵੀਰ ਨੂੰ ਪੁਲਿਸ ਨੇ ਚੱਕਿਆ ਸੀਗਾ ਜੀ 92 ਦੇ ਵਿੱਚ, ਇਹ ਅੰਮ੍ਰਿਤਧਾਰੀ ਸੀਗੇ ਜੀ। ਹਾਂਜੀ ਹਾਂਜੀ, ਸਿੰਘ ਸੀ ਪੂਰਾ, ਸਿੰਘ ਸੀਗੇ ਜੀ ਅੰਮ੍ਰਿਤਧਾਰੀ। ਫੋਟੋ ਦਿਖਾਓ ਸਾਨੂੰ, ਦਿਖਾਓ ਤੁਸੀਂ ਲੈ ਕੇ ਆਓ। ਔਰ ਇਹ ਅੰਮ੍ਰਿਤਧਾਰੀ ਸਿੰਘ ਸੀਗਾ ਵੀਰ, ਔਰ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਚੱਕਿਆ ਤਾਂ ਕਸ਼ਮੀਰ ਸਿੰਘ ਨੂੰ ਪੁਲਿਸ ਨੇ ਇੰਨਾ ਜ਼ਿਆਦਾ ਕੁੱਟਿਆ, ਕੁੱਟਣ ਤੋਂ ਬਾਅਦ ਇਹ ਵੀਰ ਜਦੋਂ ਉੱਥੇ ਇੱਕ ਮਹੀਨਾ ਰਿਹਾ ਪੁਲਿਸ ਦੀ ਕੁੱਟ ਦੇ ਨਾਲ, ਇੱਕ ਮਹੀਨੇ ਦੇ ਵਿੱਚ ਇੰਨਾ ਮੈਂਟਲੀ ਹੋ ਗਿਆ ਵੀਰ ਦੇ ਘਰ ਦੇ ਹਾਲਾਤ ਅੱਜ ਇਹ ਹੋ ਗਏ ਜੀ। ਉਸ ਵਕਤ ਜਿਹੜਾ 84 ਤੋਂ ਬਾਅਦ ਸਾਡੇ ਨੌਜਵਾਨ ਜਿਹੜੇ ਸਿੰਘਾਂ ਬੱਚਿਆਂ ਨੂੰ ਪੁਲਿਸ ਨੇ ਚੱਕ ਚੱਕ ਕੇ ਕੋਹ ਕੋਹ ਕੇ ਸ਼ਹੀਦ ਕੀਤਾ, ਉਹਦੇ ਵਿੱਚੋਂ ਇੱਕ ਇਹ ਵੀ ਵੀਰ ਆ ਜਿਹਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਬਿਨਾਂ ਕਸੂਰ ਤੋਂ। ਕਸੂਰ ਸਿਰਫ ਇੰਨਾ ਕਿ ਸੀ ਵੀ ਉਸ ਵਕਤ ਦੇ ਜਿਹੜੀ ਕੌਮ ਸੀ ਉਹ ਇੱਕ ਆਪਣਾ ਹੱਕ ਮੰਗਦੀ ਸੀ ਸੰਗਤ ਜੀ, ਹੋਰ ਕੁਛ ਨਹੀਂ ਮੰਗਦੀ ਸੀ ਜੀ, ਸਿਰਫ ਆਪਣੇ ਹੱਕ ਮੰਗਦੀ ਸੀ, ਸਿਰਫ ਇਹ ਕਹਿੰਦੀ ਸੀ ਵੀ ਸਾਨੂੰ ਵੀ ਅਧਿਕਾਰ ਸਾਡੇ ਬਰਾਬਰ ਦੇ ਦਿਓ, ਹੋਰ ਕੋਈ ਗੁਨਾਹ ਨਹੀਂ ਕੀਤਾ ਸਿੱਖ ਕੌਮ ਨੇ। ਪਰ ਕੁਛ ਕੁ ਇੱਦਾਂ ਦੇ ਪਾਪੀ ਇਨਸਾਨਾਂ ਨੇ
ਕੋਹ ਕੋਹ ਕੇ ਸਾਡੇ ਇੱਦਾਂ ਦੇ ਨੌਜਵਾਨ ਬੱਚਿਆਂ ਨੂੰ ਸ਼ਹੀਦ ਕੀਤਾ, ਅਕਾਲ ਤਖ਼ਤ ਸਾਹਿਬ ਦੇ ਉੱਪਰ ਫੌਜਾਂ ਚੜ੍ਹ ਕੇ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕਰਤਾ, ਔਰ ਕਿੰਨੇ ਹੀ ਬੇਅੰਤ ਜਿਹੜੇ ਗੁਰਸਿੱਖ ਔਰ ਅੰਮ੍ਰਿਤਧਾਰੀ ਬੱਚਿਆਂ ਨੂੰ ਚੱਕ ਚੱਕ ਕੇ ਕੋਹ ਕੋਹ ਕੇ ਸ਼ਹੀਦ ਕੀਤਾ, ਔਰ ਇੱਦਾਂ ਦੇ ਵੀਰ ਨੂੰ ਕੁੱਟ ਕੁੱਟ ਕੇ ਬਿਮਾਰ, ਇਹ ਵੀਰ ਉਦੋਂ ਪਹਿਲੀ ਵਾਰੀ ਬਿਮਾਰ ਹੋਇਆ ਸੀ ਦੱਸਣਾ ਪਹਿਲਾਂ ਭੁੱਲ ਗਏ, ਜਦੋਂ ਪੁਲਿਸ ਨੇ ਇਸ ਵੀਰ ਨੂੰ ਕੁੱਟਿਆ, ਇੱਕ ਮਹੀਨਾ ਉੱਥੇ ਰਿਹਾ, ਇੰਨੀ ਜ਼ਿਆਦਾ ਕੁੱਟ ਪਈ ਇਸ ਵੀਰ ਦੇ, ਚੱਡੇ ਵੀ ਉਹਨਾਂ ਨੇ ਦੱਸਿਆ ਵੀ ਖੋਲ੍ਹਤੇ, ਔਰ ਉਸ ਤੋਂ ਬਾਅਦ ਇਸ ਵੀਰ ਨੇ ਕੇਸ ਕਤਲ ਕਰਾਏ। ਉਸ ਵਕਤ ਇਹ ਅੰਮ੍ਰਿਤਧਾਰੀ ਬਿਲਕੁਲ ਸਰੂਪ ਚੜ੍ਹਦੀ ਕਲਾ ਦੇ ਵਿੱਚ ਇਸ ਵੀਰ ਦਾ ਸੀਗਾ, ਉਸ ਤੋਂ ਬਾਅਦ ਆ ਕੇ ਭਰਾ ਦੀ ਮੌਤ ਹੋਈ ਘਰ ਦੇ ਵਿੱਚ, ਫਾਦਰ ਦੀ ਮੌਤ ਹੋਈ, ਉਸ ਤੋਂ ਬਾਅਦ ਬੇਬੇ ਜੀ ਘਰੇ ਇਕੱਲੇ ਨੇ, ਔਰ ਇਸ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਹੁੰਦਾ ਦੀ ਕਿਸੇ ਵੇਲੇ, ਕਿਉਂਕਿ ਪਿਤਾ ਜੀ ਪ੍ਰਚਾਰਕ ਸੀਗੇ, ਔਰ ਉਸ ਤੋਂ ਬਾਅਦ ਆਹ ਹਾਲਾਤ ਘਰ ਦੇ ਅੱਜ ਹੋ ਗਏ। ਇਹ ਉਸ ਵਕਤ ਦੀ ਤਸਵੀਰ ਆ ਜੀ, ਇਹ ਦੋਨੇ ਭਰਾਵਾਂ ਦੀ ਫੋਟੋ, ਇਹ ਵੀਰ ਹੈ ਨਾ ਕਸ਼ਮੀਰ ਸਿੰਘ ਆ, ਇਹ ਕਸ਼ਮੀਰ ਸਿੰਘ ਆ ਜੀ ਜਿਨ੍ਹਾਂ ਨੂੰ ਤੁਸੀਂ ਅੱਜ ਦੇਖ ਰਹੇ ਹੋ, ਇਹ ਉਸ ਵਕਤ ਦੇ ਹਾਲਾਤ ਨੇ। ਵੀਰਾ ਜੀ ਮੈਨੂੰ ਮਾੜਾ ਜਿਹਾ ਪੁਲਿਸ ਵਾਲੀ ਗੱਲ ਦੁਬਾਰਾ, ਇਹਨਾਂ ਦੇ ਪਿਤਾ ਛੋਟੇ ਭਰਾ ਨੇ ਜੀ, ਇੱਕ ਵਾਰੀ ਨਾ ਸਾਨੂੰ ਹਾਂਜੀ ਅੱਛਾ, ਇਹ ਇਹੀ ਵੀਰ ਭਲਵਾਨੀ ਕਰਦੇ ਸੀ, ਇਹਨਾਂ ਦੀ ਇਹਨਾਂ ਦੇ ਛੋਟੇ ਭਰਾ ਦੀ ਤਸਵੀਰ ਆ, ਤੁਸੀਂ ਦੇਖੋ ਉਸ ਵਕਤ ਦੇ ਹਾਲਾਤ ਘਰ ਦੇ ਕੀ ਸੀ, ਪਰ ਅੱਜ ਦੇ ਹਾਲਾਤ ਕੀ ਨੇ। ਹਾਂਜੀ ਘਰ ਬੇਟ ਰੱਖਿਆ ਸੀਗਾ। ਅੱਛਾ ਜੀ, 4 ਕੁਇੰਟਲ ਵੇਟ ਭਾਜੀ ਉਹਨੂੰ ਕਮੇ ਨੇ। ਓ ਵਾਹਿਗੁਰੂ ਵਾਹਿਗੁਰੂ। ਅੱਛਾ ਜੀ ਮਾੜਾ ਜਿਹਾ ਮੈਨੂੰ ਪੁਲਿਸ ਵਾਲੀ ਗੱਲ ਦੁਬਾਰਾ ਦੱਸਿਓ ਕਿ ਕੀ ਇੱਥੋਂ ਨਾਨਕੇ ਗਏ ਸੀ ਆਪਣੇ ਸੰਮੀਪੁਰ ਨੂੰ। ਹਾਂਜੀ, ਇੱਥੋਂ ਫਗਵਾੜੇ 'ਚ ਪੁਲਿਸ ਵਾਲੇ ਨੇ ਇਹਨੂੰ ਚੱਕ ਲਿਆ ਸੀਗਾ। ਅੱਛਾ ਜੀ, ਅਤੇ ਇਹਨਾਂ ਨੇ ਜਿੱਦਾਂ ਉਸ ਵੇਲੇ ਜਿੱਦਾਂ ਝੰਡਾ ਸੀਗਾ ਲਾਇਆ ਆਪਣੇ ਨਿਸ਼ਾਨ ਸਾਹਿਬ ਦਾ। ਹਾਂਜੀ, ਨਿਸ਼ਾਨ ਸਾਹਿਬ ਲਾ ਕੇ ਨਾ ਇਹਨਾਂ ਨੇ ਗਏ ਸੀ ਇੱਥੇ, ਅਤੇ ਉਹ ਰੋਕ ਲਿਆ ਫਗਵਾੜੇ ਇਹਨਾਂ ਨੇ ਪੁਲਿਸ ਵਾਲੇ ਨੇ। ਉਸ ਵੇਲੇ ਨਾ ਕਾਫੀ ਜਿੱਦਾਂ ਰੌਲਾ ਰੂਲਾ ਕਾਫੀ ਪੈਂਦਾ ਹੁੰਦਾ ਸੀ ਜੀ, ਅਤੇ ਉਹਨਾਂ ਨੇ ਚੱਕ ਕੇ ਨਾ ਇਹਨੂੰ ਪਤਾ ਨਹੀਂ ਲੱਗਣਾ ਦਿੱਤਾ ਪਹਿਲਾਂ ਤਾਂ ਹਫ਼ਤਾ ਹੈ ਕਿੱਥੇ ਆ ਇਹਦੇ, ਸਾਡੇ ਬਾਲਮਿਕ ਮਹੱਲਾ ਜਿਹੜਾ ਉਹਨਾਂ ਨੇ ਭਾਜੀ ਇੱਕ ਮੁੰਡਾ ਕਿਤੇ ਉੱਥੇ ਫੜ ਹੋਇਆ ਹੋਊਗਾ ਪਹਿਲਾਂ ਕਿਤੇ, ਉਹਨਾਂ ਨੇ ਆ ਕੇ ਦੱਸਿਆ ਕਿ ਤੁਹਾਡਾ ਮੁੰਡਾ ਉੱਥੇ ਲੱਭਦੇ ਰਹੇ ਜੀ। ਫਿਰ ਇਹਨਾਂ ਨੇ ਉੱਥੇ ਅਪਰੋਚ ਕਾਫੀ ਕੀਤੀ ਜੀ, ਤੇ ਉਹਨਾਂ ਨੇ ਫਿਰ ਵੀ ਮਹੀਨਾ ਗੈਪ ਰੱਖਿਆ ਇਹਨੂੰ, ਕੁੱਟਮਾਰ ਕਰਦੇ। ਹਾਂਜੀ, ਬਹੁਤ ਕੁੱਟਿਆ ਸੀ ਭਾਜੀ ਇਹਨੂੰ, ਜਿੱਦਣ ਇਹਨੂੰ ਅਸੀਂ ਮੈਂ ਛੋਟਾ ਸੀ ਇਹਦੀ ਜਦੋਂ ਲੈਣ ਗਿਆ ਤਾਂ ਮੈਨੂੰ ਸੁਰਤ ਤਾਂ ਬਾਹਲੀ ਸੀਗੀ, ਇੰਨਾ ਕਿ ਬੰਦ ਪਤਾ ਹੁੰਦਾ ਕਿ ਬੰਦਾ ਤੁਰਦਾ, ਇਹਨੂੰ ਭਾਈ ਚੱਕ ਕੇ ਲੈ ਕੇ ਆਉਂਦਾ ਸੀ ਅਸੀਂ ਪੁਲਿਸ ਸਟੇਸ਼ਨ 'ਚ ਥਾਣੇ 'ਚ, ਡੇਢੇ ਪੈਰ ਹੋਏ ਸੀ ਭਾਜੀ ਤੇ ਉਸ ਵੇਲੇ ਭਾਜੀ ਇਹਦੇ ਕਸੂਰ ਕੀਤੀ ਇਸ ਵੀਰ ਦਾ, ਸਿਰਫ ਇਹ ਵੀ ਨਿਸ਼ਾਨ ਸਾਹਿਬ ਲਾਇਆ ਸੀ, ਇੱਕ ਨਿਸ਼ਾਨ ਸਾਹਿਬ ਦਾ ਐਡਾ ਡਰ ਹੋ ਗਿਆ, ਤੁਸੀਂ ਹਿਸਾਬ ਲਾ ਲਓ ਜੀ। ਨਿਸ਼ਾਨ ਸਾਹਿਬ ਦੇ ਸਿਰ ਤੇ ਸੀ ਭਾਜੀ। ਅੱਛਾ ਜੀ, ਨਿਸ਼ਾਨ ਸਾਹਿਬ ਲਾ ਕੇ ਜੋ ਸਾਨੂੰ ਪਤਾ ਮੌਕੇ ਦੇ ਹੈ ਨਾ, ਬਾਪੂ ਜੀ ਹੁਣੇ ਦੱਸਦੇ ਸੀ ਵੀ ਅਸੀਂ ਮੋਟਰਸਾਈਕਲ ਲੈ ਕੇ ਆਉਂਦਾ, ਮੇਰੇ ਕੋਲ ਬਾਹਰ ਖੜਾ ਉਹ ਮੋਟਰਸਾਈਕਲ ਵੀ ਤਾਂ ਦਿਖਾਉਂਗਾ, ਤੇ ਉੱਤੇ ਨਿਸ਼ਾਨ ਸਾਹਿਬ ਲਾਇਆ ਸੀ ਉਹੀ ਮੋਟਰਸਾਈਕਲ ਅੱਜ ਚੱਲਦਾ ਆ, ਤੇ ਉੱਤੇ ਨਾ ਫੜ ਕੇ ਮੁੜ ਕੇ ਇਹਨਾਂ ਮਹੀਨਾ ਲੱਭਣੇ ਨਹੀਂ ਦਿੱਤਾ ਨਾ, ਬਾਅਦ ਚੋਂ ਕੁਛ ਇੱਦਾਂ ਹੀ ਕਹਿੰਦੇ ਲੈਣ ਦੇਣ ਕਰਕੇ ਪੈਸੇ ਲੈ ਕੇ ਛੱਡਿਆ ਨਾ, ਮਹੀਨੇ ਬਾਅਦ ਜਦੋਂ ਇਹਨਾਂ ਲੈ ਕੇ ਆਉਂਦਾ ਉਦੋਂ ਦਿਮਾਗੀ ਅਫਸਰ ਪੂਰੇ ਹੋ ਚੁੱਕੇ ਸੀ, ਇਹਨਾਂ ਦੌਰੇ ਵੀ ਪੈਂਦੇ ਰਹੇ ਪਹਿਲਾਂ ਤਾਂ ਉਦੋਂ ਫਾਦਰ ਸੀ ਇਹਨਾਂ ਦੇ। ਹਾਂਜੀ, ਉਹਨਾਂ ਨੇ ਲੈ ਕੇ ਆਉਂਦਾ ਭਾਜੀ, ਉਹਨਾਂ ਦੇ ਜਿੱਦਾਂ ਪ੍ਰਚਾਰਕ ਹੋਣ ਕਰਕੇ ਥੋੜ੍ਹੀ ਪਹੁੰਚ ਕਰਕੇ ਥੋੜ੍ਹੇ ਪੈਸੇ, ਇੱਕ ਇਹਨਾਂ ਨੇ ਕਹਿੰਦੇ ਜ਼ਮੀਨ ਵੇਚੀ ਸੀ ਉਸ ਵੇਲੇ ਪੈਸੇ ਉਹ ਦਿੱਤੇ ਸੀ ਪੈਸੇ, ਉਹ ਉੱਥੇ ਲਾਤੇ ਆਪਦੇ ਬੱਚੇ ਦੇ। ਉਹ ਵਾਹਿਗੁਰੂ, ਤੇ ਬੱਚੇ ਪੁੱਤ ਵੀ ਆਪਣਾ ਪਾਗਲ ਹੋ ਗਿਆ, ਇੱਕ ਤਾਂ ਕੁੱਟ ਤੋਂ ਬਾਅਦ ਮੈਂਟਲੀ ਹੋ ਗਿਆ ਇਹੀ ਗੱਲ, ਇੱਕ ਨਿਸ਼ਾਨ ਸਾਹਿਬ ਲਾਈ ਤੋਂ ਬਾਅਦ ਇਸ ਵੀਰ ਨੂੰ ਨਜਾਇਜ਼ ਪੁਲਿਸ ਨੇ ਚੱਕਿਆ ਜੀ 1992 ਦੀ ਗੱਲ ਹੈ, 92 ਤੋਂ ਲੈ ਕੇ 94 ਦੇ ਵਿੱਚ ਬੇਅੰਤ ਸਿੰਘ ਦੀ ਸਰਕਾਰ ਦੇ ਵਿੱਚ ਇਹ ਚੀਜ਼ ਹੋਈ ਆ ਜੀ, ਕਿੰਨੇ ਹੀ ਸਾਡੇ ਜਿਹੜੇ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ, ਔਰ ਉਹਦੇ ਵਿੱਚੋਂ ਇੱਕ ਇਹ ਵੀ ਵੀਰ ਆ ਜਿਹਨੇ ਤਸ਼ੱਦਦ ਝੱਲੀ, ਔਰ ਇਸ ਸਰੂਪ ਤੋਂ ਬਾਅਦ ਅੱਜ ਤੁਹਾਡੇ ਸਾਹਮਣੇ ਇਸ ਵੀਰ ਨੇ ਆਪਣਾ ਸਾਰਾ ਘਰ ਆਪਦੀ ਟੋਇਲਟ ਨਾਲ ਭਰਿਆ ਪਿਆ, ਔਰ ਇਸ ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਕੁਲਦੀਪ ਸਿੰਘ। ਕੁਲਦੀਪ ਸਿੰਘ ਜੀ ਨੇ ਦੱਸਿਆ ਵੀ ਅਸੀਂ ਆਪਣੇ ਖੁਦ ਅੱਖਾਂ ਦੇ ਨਾਲ ਉਸ ਵੀਰ ਨੂੰ ਜਿਹੜਾ ਗੰਦੀ ਚੀਜ਼ ਆ ਇਹ ਖਾਂਦੇ ਹੋਏ ਦੇਖਿਆ ਜੀ, ਤੁਸੀਂ ਸਾਰੇ ਸਮਝਦਾਰ ਇਹਨਾਂ ਦੇ ਘਰ ਆਣਾ, ਜਿੱਦਾਂ ਮੈਨੂੰ ਇਹਨਾਂ ਇਹ ਮੇਨਾ ਬੜਾ ਪਿਆਰ ਕਰਦਾ, ਜਿੱਦਾਂ ਜੀ ਓਮਕਾਰ ਭਾਜੀ ਨੇ ਮੈਨੂੰ ਪਤਾ ਕਿ ਮੇਰਾ ਸ਼ਗਿਰਦ ਆ ਨਾ, ਮੇਨਾ ਬੜਾ ਇਹ ਕਰਦਾ, ਮੈਂ ਕੋਠੀ ਦਾ ਆਰਾਮ ਨਾਲ ਘੁੰਮ ਲੈਂਦਾ ਸਾਰੇ ਪਾਸੇ, ਹੈ ਨਾ ਮੈਨੂੰ ਕੋਈ ਚੱਕਰ ਨਹੀਂ, ਕਿਸੇ ਵੇਲੇ ਜਦੋਂ ਉਹਨਾਂ ਦਾ ਦਿਮਾਗ ਜ਼ਿਆਦਾ ਅਪਸੈਟ ਹੋ ਜਾਂਦਾ ਫਿਰ ਉੱਤੇ ਨਹੀਂ ਚੜ੍ਹਨ ਦਿੰਦਾ ਕਿਸੇ, ਮੈਨੂੰ ਵੀ ਨਹੀਂ ਚੜ੍ਹਨ ਦਿੰਦਾ ਤੇ ਤਾਂ ਨਹੀਂ ਮੈਂ ਦੇਖਿਆ ਚੜ੍ਹਨ ਦਿੰਦਾ। ਉਸ ਵੇਲੇ ਨਾ ਇਹ ਕੰਮ ਕਰਦਾ ਹੁੰਦਾ ਭਾਜੀ ਆਹ ਵਾਲਾ ਟੋਇਲਟ ਵਾਲਾ, ਹਾਂ ਕਾਫੀ ਸਮੈਲ, ਮਾਤਾ ਨੇ ਥੱਲੇ ਕਹਿਣਾ ਸਮੈਲ ਆਉਂਦੀ, ਉੱਤੇ ਜਾ ਕੇ ਦੇਖਦਾ ਕੀ ਗੱਲ ਕਰਦਾ ਨਾ, ਕੱਪੜੇ ਜਾਲ ਲੈਂਦਾ ਭਾਜੀ ਆਪਣੇ, ਵਾਹਿਗੁਰੂ ਕੱਪੜੇ ਜਾਲ ਕੇ ਨਾ ਜਿੱਦਾਂ ਆਪਣੇ ਗਵਾਲ ਕੇ ਸਿੱਟ ਦਿੰਦਾ, ਵਾਹਿਗੁਰੂ ਕੰਮ ਕਰਦਾ ਭਾਜੀ। ਓਕੇ ਜੀ, ਓਕੇ, ਮਾਤਾ ਕਿਤੇ, ਔਰ ਅਸੀਂ ਉਹ ਮਾਤਾ ਜੀ ਨੂੰ ਮੁੱਖ ਰੱਖਦੇ ਕਿਉਂਕਿ ਅਸੀਂ ਚਾਹੁੰਦੇ ਜਿਹੜੇ ਪੰਜਾਬ 'ਚ ਇੱਦਾਂ ਦੇ ਵੀਰ ਨੇ ਸੀ ਪਹਿਲਾਂ ਉਹਨਾਂ ਨੂੰ ਕਵਰ ਕਰਨਾ, ਬਹੁਤ ਵਧੀਆ ਤੁਹਾਡਾ ਉਪਰਾਲਾ ਸੀ ਤਾਂ ਬਹੁਤ ਹਨਾ ਜੀ, ਮੈਨੂੰ ਭਾਈ ਨੇ ਦੱਸਿਆ, ਮੈਂ ਕਹਿੰਦਾ ਬਹੁਤ ਵਧੀਆ ਆ ਜੀ। ਜੱਸੀ ਵੀਰੇ ਉਹ ਕਿਹੜੀ ਕੰਟਰੀ 'ਚ ਨੇ ਜੀ? ਉਹ ਕੈਨੇਡਾ 'ਚ ਭਾਈ, ਉਹ ਕੈਨੇਡਾ 'ਚ ਨੇ, ਠੀਕ ਹੈ ਜੀ। ਉਹ ਇਹਨਾਂ ਦੇ ਕੀ ਲੱਗੇ ਜੀ? ਉਹ ਮਾਸੀ ਦਾ ਮੁੰਡਾ ਭਾਈ, ਇਹਨਾਂ ਦੀ ਮਾਸੀ ਜੀ ਦਾ ਬੇਟਾ ਗੁਰੂ ਸਾਹਿਬ। ਅੱਛਾ ਵੀਰੇ, ਬੇਬੇ ਜੀ ਹੁਣ ਇਕੱਲੇ ਰਹਿਣਗੇ, ਫਿਰ ਇਹਨਾਂ ਦਾ ਹੱਲ ਕੀ ਅੱਗੇ? ਨਹੀਂ ਭਾਜੀ ਮੈਂ ਹੈਗਾ। ਅੱਛਾ, ਹਾਂਜੀ, ਠੀਕ ਹੈ ਠੀਕ ਹੈ। ਔਰ ਵੈਸੇ ਵੀ 3 ਸਾਲ ਤੋਂ ਭਾਈ ਹੋਣਾ ਦੀ ਡੈਥ ਹੋਈ ਆ ਜੀ, ਮੈਂ ਹੀ ਆਉਣਾ ਭਾਜੀ ਇੱਥੇ।
ਕੋਈ ਨਹੀਂ ਮਹੱਲੇ ਵਾਲਾ ਉੱਥੇ ਵੀ ਇਹਨਾਂ ਨੂੰ ਕੋਈ ਰਾਸ਼ਨ ਨਹੀਂ ਦੇਣ ਆਉਂਦਾ, ਕੋਈ ਕੁਛ ਨਹੀਂ, ਨਾ ਵਿਚਾਰੀ ਨੂੰ ਮੈਡੀਸਨ ਲੈ ਕੇ ਦਿੰਦਾ, ਆਮਦਨ ਦਾ ਸਾਧਨ ਕੋਈ ਨਹੀਂ, ਕੋਈ ਸਾਧਨ ਨਹੀਂ ਭਾਜੀ, ਇਕੱਲਾ ਘਰ ਦੇ ਇੱਕ ਪਲਾਟ ਆ ਬਸ। ਹਾਂ ਭਾਜੀ ਇਸ ਵੇਲੇ ਮੌਜੂਦਾ ਇਹੀ ਤੇ ਪੁੱਤ ਬੇਬੇ ਜੀ ਦਾ, ਬੇਬੇ ਜੀ ਦੇ ਹਿਰਦੇ ਤੇ ਪੁੱਛ ਕੇ ਦੇਖੋ ਮਾਂ ਦੇ ਭਾਜੀ, ਉਹਨਾਂ ਨੂੰ ਜਦੋਂ ਹਨਾ ਹੁਣ ਵੀ ਅਸੀਂ ਪੁੱਤਾਂ ਨੂੰ ਤਰਸਦੇ ਨੇ, ਦੋ ਪੁੱਤ ਘਰ ਦੇ ਵਿੱਚ ਹੋਣ ਉਹ ਵੀ ਜਿਹੜੇ ਝੋਟਿਆਂ ਵਰਗੇ, ਜੇ ਮੈਂ ਕਹਿੰਦਾ ਦਿਖਾਇਆ ਜਾਵੇ ਝੋਟਿਆਂ ਵਰਗੇ ਪੁੱਤ ਸੀ ਜਿਨ੍ਹਾਂ ਨੇ ਪੂਰੀ ਮਿਹਨਤਾਂ ਕਰਕੇ ਆਪਣਾ ਸਰੀਰ ਪਾਲਿਆ ਸੀਗਾ ਜਿਹੜਾ, ਅਤੇ ਅੱਜ ਇਹ ਇਸ ਵੀਰ ਦੀ ਤਾਂ ਡੈਥ ਹੋ ਗਈ ਸੀਗੀ ਜੀ, ਔਰ ਜਿਹੜਾ ਦੂਜਾ ਵੀਰ ਆ ਇਹ ਵੀਰ ਅੱਜ ਤੁਹਾਡੇ ਸਾਹਮਣੇ ਆ ਜੀ, ਕੀ ਹਾਲਾਤ ਨੇ, ਸਾਰਾ ਘਰ ਇਸ ਵੀਰ ਨੇ ਟੋਇਲਟ ਨਾਲ ਭਰਿਆ ਵਾ, ਸਾਰੇ ਘਰ 'ਚ ਗੰਦਗੀ, ਟੋਇਲਟ ਖਾਣ 'ਤੇ ਮਜਬੂਰ, ਇੰਨੇ ਕੁ ਹਾਲਾਤ ਤਰਸਯੋਗ ਨੇ, ਸਾਰਾ ਘਰ ਬਰਬਾਦ ਕਰਤਾ, ਇੱਕ ਪੁਲਿਸ ਦੀ ਕੁੱਟ ਨੇ, ਕਿਉਂਕਿ ਕਿਸੇ ਟਾਈਮ 92-94 'ਚ ਨਿਸ਼ਾਨ ਸਾਹਿਬ ਲਾ ਕੇ ਵੀਰ ਬਾਜ਼ਾਰ 'ਚ ਗਿਆ ਸੀ ਅਤੇ ਸਾਡੀ ਜ਼ਾਲਮ ਸਰਕਾਰ ਨੇ ਚੱਕ ਕੇ ਇਸ ਵੀਰ ਦੇ ਉੱਪਰ ਤਸ਼ੱਦਦ ਕੀਤਾ, ਤਸ਼ੱਦਦ ਕਰਨ ਤੋਂ ਬਾਅਦ ਅੱਜ ਘਰ ਦੇ ਆਹ ਹਾਲਾਤ ਹੋ ਗਏ। ਇੱਦਾਂ ਦੇ ਕਿੰਨੇ ਘਰ ਨੇ ਜਿਹੜੇ ਘਰਾਂ ਦੇ ਘਰ ਖਾਲੀ ਕਰਤੇ ਇਹੋ ਜਿਹੀ ਜ਼ਾਲਮ ਸਰਕਾਰਾਂ ਨੇ। ਸ਼ਾਇਦ ਤੁਸੀਂ ਕਹੋਗੇ ਵੀ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਤਾਂ 84 ਨੂੰ ਭੁੱਲਦੀ ਜਾ ਰਹੀ ਆ, ਜਿਹੜੇ ਜਿਨ੍ਹਾਂ ਦੇ ਮੰਦਰ ਦਰਦ ਹੈਗਾ ਉਹ ਨਹੀਂ ਭੁੱਲਦੇ। ਕਿੰਨੀਆਂ ਸਾਡੀਆਂ ਸਰਕਾਰਾਂ ਕਹਿ ਦੇਣ, ਕਿਉਂਕਿ ਅਸੀਂ ਵੀ ਗੋਲ ਦਸਤਾਰਾਂ ਤਾਂ ਹੀ ਬੰਨੀਆਂ, ਕਿਉਂਕਿ ਗੋਲ ਦਸਤਾਰਾਂ ਤੋਂ ਸਾਡੇ ਕੁਸ਼ਕ ਜਿਹੜੇ ਕਹਿ ਦਈਏ ਪਾਪੀ ਲੋਕਾਂ ਨੂੰ ਜਿਹੜੀ ਦਰਦ ਹੁੰਦਾ, ਤਾਂ ਕਰਕੇ ਅਸੀਂ ਵੀ ਫਿਰ ਗੁਰੂ ਸਾਹਿਬ ਦੇ ਚਲਾਏ ਹੋਏ ਰਸਤਿਆਂ ਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਹ ਜਿਹੜਾ ਜ਼ੁਲਮ ਆ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਹੋਇਆ, ਜਿਹਦੀ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ, ਔਰ ਗੁਰੂ ਸਾਹਿਬ ਮਿਹਰ ਕਰਨ ਅਸੀਂ ਇਸ ਵੀਰ ਲਈ, ਕਸ਼ਮੀਰ ਸਿੰਘ ਵੀਰ ਲਈ ਜਿਹੜਾ ਕੁਛ ਕਰਨ ਦੇ ਵਿੱਚ ਕਾਮਯਾਬ ਹੋ ਸਕੀਏ, ਉਹਨੂੰ ਠੀਕ ਕਰਕੇ ਦੁਬਾਰਾ ਮਾਤਾ ਦਾ ਸਹਾਰਾ ਬਣਾ ਸਕੀਏ ਜੀ। ਲਓ ਵੀਰੇ ਆਜੋ ਨੀਚੇ, ਇੱਦਾਂ ਦੀ ਲੰਘ ਲਈ। ਔਰ ਤੁਸੀਂ ਸਾਰਾ ਘਰ ਦੇਖਿਆ ਜੀ, ਜਦੋਂ ਬਾਹਰ ਜਾਵਾਂਗੇ ਸੰਗਤ ਨੂੰ ਘਰ ਵੀ ਦਿਖਾਇਓ, ਕਿਸੇ ਵਕਤ ਕਿੰਨੀਆਂ ਖੁਸ਼ੀਆਂ ਦੇ ਨਾਲ ਇਸ ਘਰ ਬਣਿਆ, ਪਰ ਅੱਜ ਸਾਰੇ ਘਰ ਦੇ ਵਿੱਚ ਇੰਨੀ ਬਦਬੂ, ਇੰਨੇ ਜ਼ਿਆਦਾ, ਆਹ ਦੇਖੋ ਕਮਰੇ ਜਦੋਂ ਆਉਂਦੇ ਹਾਂ ਜੀ, ਇੱਥੇ ਸਾਰੇ ਉਹ ਖੁੰਝੇ ਖਾਓ ਵੀ ਕਿੰਨੀ ਕੁ ਗੰਦਗੀ ਆ। ਇਹ ਹਾਲਾਤ ਸਾਡੇ ਅੱਜ ਦੇ ਪੰਜਾਬ ਦੇ ਨੇ। ਰੋਟੀਆਂ ਦੇਖੋ ਤੁਸੀਂ ਆਹ ਪਈਆਂ ਨੇ ਜਿਹੜੀਆਂ ਰੋਟੀਆਂ, ਡਸਟਬਿਨ ਉਹ ਦੇਖੋ ਖੁੰਝੇ 'ਚ, ਟੋਇਲਟ ਲੱਗੀ ਵੀ। ਔਰ ਆਉਣ ਵਾਲੇ 6 ਮਹੀਨੇ ਸਾਲ ਤੱਕ ਤਾਂ ਇੰਨੇ ਕੁ ਬੁਰੇ ਹਾਲਾਤ ਹੋ ਜਾਣੇ ਨੇ ਖੁੰਝਾ। ਜਿੱਦਾਂ ਦੀ ਭਾਜੀ ਇਹ ਕੋਠੀ ਹੈ ਨਾ, ਸਾਰੇ ਮਹੱਲੇ 'ਚ ਵਿੱਚ ਹੈ ਨਾ, ਇੱਦਾਂ ਦੀ ਕੋਠੀ ਨਹੀਂ, ਪਿੱਛੇ ਸਵੀਮਿੰਗ ਪੂਲ ਬਣਾਇਆ ਭਾਜੀ। ਅੱਛਾ ਜੀ, ਕਿੱਥੇ ਜੀ ਸਵੀਮਿੰਗ ਪੂਲ? ਪਿੱਛੇ ਪੇਣ ਦਾ ਹਾਲ ਦਾ। ਅੱਛਾ ਜੀ, ਬੇਸਮੈਂਟ 'ਚ ਭਾਜੀ ਕਮਰਾ ਆ ਆਪਣੇ? ਉਹ ਵਾਹਿਗੁਰੂ। ਅੱਛਾ, ਇਸ ਘਰ ਦੇ ਬੇਸਮੈਂਟ ਵੀ ਹੈਗੀ ਆ? ਵਾਹਿਗੁਰੂ ਸੱਚਾ। ਅੱਛਾ, ਉਹ ਟਾਈਮ 'ਚ ਟਾਹੋ ਲੱਗਿਆ ਵਾ ਨਹਾਉਣ ਲਈ ਨਾ ਟਾਬਾ? ਵਾਹਿਗੁਰੂ ਸੱਚਾ ਪਾਤਸ਼ਾਹ, ਵਾਹਿਗੁਰੂ। ਪਰ ਹਾਲਾਤ ਬਹੁਤ ਤਰਸਯੋਗ ਨੇ, ਆਪਾਂ ਨਹੀਂ ਅੰਦਰੋਂ, ਚਲੋ ਬਾਥਰੂਮ ਸੰਗਤ ਨੂੰ ਜ਼ਿਆਦਾਤਰ ਦਿਖਾਉਣਾ। ਔਰ ਆਹ ਸੰਤਾਂ ਦੀ ਤਸਵੀਰ ਅਸੀਂ ਪਹਿਲਾਂ ਵੀ ਦਿਖਾਈ ਆ। ਹਾਂਜੀ ਹਾਂਜੀ ਜੀ ਜੀ ਬਿਲਕੁਲ, ਇੱਥੇ ਇਹਨਾਂ ਨੇ ਇੱਕ ਗੁਰੂ ਨਾਨਕ ਸਾਹਿਬ ਦੀ ਫੋਟੋ ਲਾਈ, ਹਾਂਜੀ ਹਾਂਜੀ ਸੰਤਾਂ ਦੀ ਫੋਟੋ ਇੱਥੇ ਲੱਗੀ ਜੀ, ਇੱਕ ਸੰਤਾਂ ਦੀ ਫੋਟੋ ਉੱਥੇ ਲੱਗੀ ਜੀ, ਬਿਲਕੁਲ ਬਿਲਕੁਲ ਬਿਲਕੁਲ। ਚਲੋ ਜੀ, ਬਿਲਕੁਲ ਜੀ ਬਿਲਕੁਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅੱਛਾ ਜੀ, ਫਿਰ ਉਰੇ ਪ੍ਰਸ਼ਾਦਾ ਪਾਣੀ ਬੇਬੇ ਜੀ ਦਾ ਕਿਵੇਂ ਬਣ ਗਿਆ? ਸੱਚਿਆ ਪਾਤਸ਼ਾਹ, ਇਸ ਘਰ ਦੇ ਵਿੱਚ ਦੁਬਾਰਾ ਖੁਸ਼ੀਆਂ ਜਿਹੜੀਆਂ ਪਰਮਾਤਮਾ ਬਰਕਰਾਰ ਕਰ ਦੇਵੇ। ਹੈਂਜੀ, ਅੱਛਾ ਇਹ ਨੌਕਰਾਂ ਲਈ ਸੀਗਾ ਜੀ? ਵਾਹਿਗੁਰੂ ਵਾਹਿਗੁਰੂ। ਅੱਛਾ ਜੀ, ਇਹ ਆ ਗਿਆ ਨੀਚੇ ਹੈ ਨਾ ਜੀ? ਅੱਛਾ, ਉਰੇ ਸਵੀਮਿੰਗ ਪੂਲ ਵੀ ਆ? ਵਾਹਿਗੁਰੂ ਸੱਚਿਆ ਪਾਤਸ਼ਾਹ, ਵਾਹ ਜੀ ਵਾਹ। ਘਰ ਦੇ ਵਿੱਚ ਉੱਪਰੋਂ ਓਪਨ 'ਚ ਪਾਣੀ ਛੱਡ ਕੇ ਕਿਸੇ ਵਕਤ? ਉਹ ਵਾਹਿਗੁਰੂ। ਤੁਸੀਂ ਇੱਥੇ ਨਹਾਉਂਦੇ ਰਹੇ ਹੋ ਜੀ? ਵਾਹਿਗੁਰੂ। ਓਕੇ ਜੀ, ਓਕੇ ਜੀ, ਬਹੁਤ ਵਧੀਆ ਟਾਈਮ ਸੀ ਇੱਥੇ ਭਾਜੀ। ਹੁਣ ਦੁੱਖ ਸਾਨੂੰ ਇੱਥੇ ਲੱਗਦਾ ਕਿ ਅੱਜ ਹਾਲਾਤ ਕਿੱਦਾਂ ਦੇ ਹੋ ਗਏ। ਉਹ ਵਾਹਿਗੁਰੂ ਜੀ, ਕੰਮ ਨੇ ਸਾਥ ਦਿੰਦਾ ਭਾਜੀ, ਚੱਲ ਮਾਤਾ ਦਾ ਕੁਝ ਬਣ ਜਾਏਗਾ। ਹਾਂਜੀ, ਤੁਸੀਂ ਵਾਹੇ, ਤੁਸੀਂ ਦੇਖੋ ਸੰਗਤ ਜੀ ਇਹ ਘਰ ਕਿੰਨੇ ਸ਼ੌਂਕ ਦੇ ਨਾਲ, ਹੁਣ ਤਾਂ ਸਾਡੇ ਕੋਲ ਇਹ ਕਹਿ ਸਕਦੇ ਹੋ ਸ਼ਬਦ ਘੱਟ ਪੈ ਰਹੇ ਨੇ, ਕਿੱਦਾਂ ਅਸੀਂ ਇਸ ਘਰ ਦਾ ਦਰਦ ਤੁਹਾਨੂੰ ਦੱਸੀਏ ਵੀ ਇੱਦਾਂ ਦੇ ਪੰਜਾਬ ਦੇ ਵਿੱਚ ਕਿੰਨੇ ਘਰ ਨੇ ਜਿਨ੍ਹਾਂ ਦੇ ਵਿੱਚ ਆ। ਤੁਸੀਂ ਦੇਖੋ ਦੋਨੇ ਭਰਾਵਾਂ ਨੇ ਸ਼ੌਂਕਾਂ ਨਾਲ, ਸ਼ੌਂਕ ਨਾਲ ਸਵੀਮਿੰਗ ਪੂਲ ਬਣਾਇਆ ਸੀ, ਪਰ ਅੱਜ ਇਹ ਸੁਣਨਾ ਇਹ, ਕਿਉਂਕਿ ਇਸ ਵੀਰ ਨੇ ਨਾ ਜੀ ਇਸ ਸਵੀਮਿੰਗ ਪੂਲ ਦੇ ਵਿੱਚ ਨਹਾਤਾ ਵਾ ਵੀਰ, ਇੰਜੋਏ ਕੀਤੀ ਵੀ ਆਪਣੀ ਲਾਈਫ ਇਹ ਦੋਨੇ ਭਰਾਵਾਂ ਦੇ ਨਾਲ। ਤੁਸੀਂ ਤਿੰਨੇ ਭਰਾ ਇਕੱਠੇ ਖੇਡਦੇ ਰਹੋਗੇ? ਜਿੰਨੇ ਫਰੈਂਡ ਵੀ ਆਉਂਦੇ ਸੀਗੇ ਅਸੀਂ ਇਕੱਠੇ ਉੱਥੇ ਨਹਾਉਣਾ ਭਾਜੀ ਨਾ, ਅਤੇ ਅਸੀਂ ਇੱਥੇ ਬੈਠੇ ਰਹਿਣਾ, ਇੰਜੋਇਮੈਂਟ ਬਹੁਤ ਕੀਤਾ ਭਾਜੀ ਇੱਥੇ ਘਰ ਦੇ ਵਿੱਚ। ਇੱਥੇ ਤਾਂ ਇਸ ਘਰ 'ਚ ਇੰਨੀ ਕੁ ਸਰੱਗੀ ਸੀ ਨਾ ਭਾਜੀ, 200-200 ਬੰਦਾ ਮਹੀਨੇ 'ਚ ਲੰਗਰ ਖਾਂਦਾ ਹੁੰਦਾ ਸੀ। ਉਹ ਵਾਹਿਗੁਰੂ। ਇਹਨਾਂ ਨੇ ਇਹਨਾਂ ਦੀ ਇੱਕ ਮੁਹੱਲੇ 'ਚ ਮਸ਼ਹੂਰ ਹੀ ਇਹ ਗੱਲ, ਖੀਰ ਬਣਾਉਣੀ ਹੈ ਨਾ, ਜਿੱਦਾਂ ਕਹਿੰਦੇ ਖੀਰ ਦੇ ਚੌਲਾਂ ਦੇ ਦਾਣੇ ਘੱਟ, ਬਦਾਮ ਜ਼ਿਆਦਾ ਲੱਗਦੇ। ਉਹ ਵਾਹਿਗੁਰੂ ਸੱਚਾ। ਅੱਛਾ, ਉਹਨਾਂ ਦੇ ਪਿਤਾ ਜੀ ਪ੍ਰਚਾਰਕ ਸੀ, ਉਹਦੇ ਕਰਕੇ ਵੀ ਥੋੜ੍ਹਾ ਸਿੱਖੀ ਦਾ ਬੋਲਬਾਲਾ ਜ਼ਿਆਦਾ ਸੀਗਾ ਜੀ, ਕਿਉਂਕਿ ਲੰਗਰ ਪ੍ਰਥਾ ਦਾ ਭਾਜੀ ਬਹੁਤ ਸੀ ਇਹਨਾਂ ਦਾ। ਇਹਨਾਂ ਨੇ ਤਾਂ ਇੰਨੀ ਕੁ ਸੇਵਾ ਕੀਤੀ ਅੱਜ, ਪਰ ਸਮਝ ਨਹੀਂ ਲੱਗੀ ਕਿ ਇਹਨਾਂ ਦਾ ਦੁੱਖ ਕਿਉਂ ਭੁਗਤ ਰਹੇ ਹੈ ਨਾ ਵੀ ਇਹ ਚੀਜ਼ ਹੈ ਨਾ। ਤਾਂ ਮਹਾਰਾਜ, ਚਲੋ ਆਪਾਂ ਰਲ ਮਿਲ ਕੇ ਸੰਗਤ ਦੇ ਅੱਗੇ ਵੀ ਅਰਦਾਸ ਕਰਦੇ ਹਾਂ
ਵੀ ਤੁਸੀਂ ਜਿਹੜੀ ਸੰਗਤ ਜ਼ਰੂਰ ਇਸ ਵੀਰ ਲਈ ਬੇਨਤੀ ਕਰੇ ਗੁਰੂ ਸਾਹਿਬ ਦੇ ਚਰਨਾਂ 'ਚ ਤਾਂ ਜੋ ਕਸ਼ਮੀਰ ਸਿੰਘ ਦੁਬਾਰਾ ਠੀਕ ਹੋ ਕੇ ਇਹਦੇ ਵਿੱਚ ਦੁਬਾਰਾ ਇਸ਼ਨਾਨ ਕਰ ਸਕੇ, ਦੁਬਾਰਾ ਨਹਾ ਸਕੇ, ਇੰਜੋਏ ਕਰ ਸਕੇ ਆਪਣੀ ਲਾਈਫ, ਆਪਣੀ ਬਜ਼ੁਰਗ ਮਾਤਾ ਨੂੰ ਸਾਂਭ ਸਕੇ। ਠੀਕ ਹੈ ਠੀਕ ਹੈ ਠੀਕ ਹੈ। ਔਰ ਸਾਰੇ ਘਰ ਦੇ ਹਾਲਾਤ ਨਾ ਰੋਹਿਤ, ਆਉਣ ਵਾਲੇ 6 ਮਹੀਨਿਆਂ ਤੱਕ ਸਾਲ ਤੱਕ ਇੰਨੇ ਕੁ ਬੁਰੇ ਹਾਲਾਤ ਹੋਣੇ ਨੇ ਇਹਨਾਂ ਦੇ ਘਰ ਦੇ ਤੇ ਬਜ਼ੁਰਗ ਘਰ ਭਾਜੀ ਜਿਸ ਹਿਸਾਬ ਦੇ ਹਾਲਾਤ ਆ ਨਾ, ਮੈਂ ਕਹਿੰਦਾ ਜੇ ਤੁਸੀਂ ਕਹਿੰਦੇ ਹੋਰ 6 ਕੁ ਮਹੀਨੇ ਵੇਟ ਕਰ ਲੈਂਦੇ, ਕੋਠੀ ਡਿੱਗੀ ਨਾਲ ਦੀ ਆ ਭਾਜੀ, ਤੁਹਾਨੂੰ ਦਿਖਾ ਦਿੰਦਾ ਵਿੱਚ ਮੂਹਰੇ ਕਿੱਦਾਂ ਪਲਾਸਟਰ ਡਿੱਗ ਰਿਹਾ ਹੈ। ਔਰ ਬਜ਼ੁਰਗ ਮਾਤਾ ਉਹ ਵੀ ਅੰਮ੍ਰਿਤਧਾਰੀ ਮਾਤਾ, ਅਤੇ ਜਦੋਂ ਅਸੀਂ ਗੱਲ ਕੀਤੀ ਫੋਨ 'ਤੇ ਕਹਿੰਦੀ ਬੇਟਾ ਕਹਿੰਦੀ ਜਿਵੇਂ ਤੈਨੂੰ, ਮੈਂ ਕਹਿੰਦਾ ਮੈਨੂੰ ਵੀ ਉਸ ਟਾਈਮ ਮੋਹ ਆਇਆ ਵੀ ਮਾਤਾ ਤੇਰਾ ਕਿੱਦਾਂ ਮੈਂ ਦੁੱਖ ਆ ਜਿਹੜਾ ਉਹ ਆਪਦਾ ਬਣਾ ਦੇਵਾਂ, ਪਰ ਹੁਣ ਆਪਾਂ ਉਹਨਾਂ ਦੇ ਬੱਚੇ ਲਈ ਜ਼ਰੂਰ ਜਿਹੜਾ ਹੈ ਨਾ ਮਹਾਰਾਜ ਅੱਗੇ ਕਰਕੇ ਅਰਦਾਸ। ਸੰਗਤ ਜੀ ਅਸੀਂ ਪਟਿਆਲੇ ਆਪਣਾ ਫਰਜ਼ ਸੇਵਾ ਸੁਸਾਇਟੀ ਲੁਚਕਾਣੀ ਪਿੰਡ ਤੋਂ ਆਏ ਹਾਂ ਜੀ, ਇਸ ਟਾਈਮ ਬੰਗੇ ਸ਼ਹਿਰ 'ਚ ਖੜ੍ਹੇ ਹਾਂ, ਭਗਤ ਸਿੰਘ ਜੀ ਦੇ ਪਿੰਡ ਦੇ ਬਿਲਕੁਲ ਨਾਲ ਖਟਖੜ ਕਲਾਂ ਦੇ ਬਿਲਕੁਲ ਨਾਲ ਪਿੰਡ ਆ ਜੀ ਇਹ, ਔਰ ਇੱਥੇ ਦੇ ਹਾਲਾਤ ਤੁਹਾਨੂੰ ਦਿਖਾਏ ਨੇ। ਇੱਦਾਂ ਦੇ ਹੋਰ ਬਹੁਤ ਵੀਰ ਨੇ, ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਇੱਦਾਂ ਦੇ ਵੀਰਾਂ ਲਈ ਖੁਦ ਅੱਗੇ ਆਓ, ਤੁਸੀਂ ਆਪ ਮਦਦ ਕਰੋ, ਹਰ ਇੱਕ ਜਗ੍ਹਾ 'ਤੇ ਸੁਸਾਇਟੀ ਨਹੀਂ ਪਹੁੰਚ ਪਾਊਗੀ ਜੀ, ਸਾਡੀ ਹੱਥ ਜੋੜ ਕੇ ਬੇਨਤੀ ਆ ਇਹਨਾਂ ਹੀ ਵੀਰਾਂ ਅੱਗੇ ਵੀ ਤੁਸੀਂ ਆਪਣੇ ਆਪਣੇ ਇਲਾਕੇ ਨੂੰ ਜ਼ਰੂਰ ਸਾਂਭੋ, ਤਾਂ ਜੋ ਆਪਣੇ ਆਪਣੇ ਇਲਾਕੇ 'ਚ ਇੱਦਾਂ ਦੇ ਵੀਰ ਕਸ਼ਮੀਰ ਸਿੰਘ ਵਰਗੇ ਵੀਰ, ਔਰ ਬੇਬੇ ਜੀ ਦਾ ਕੀ ਨਾਮ ਆ ਜੀ, ਮਨਜੀਤ ਕੌਰ, ਬੇਬੇ ਮਨਜੀਤ ਕੌਰ ਜੀ ਦੇ ਹਾਲਾਤ ਨਾ ਹੋਣ, ਜਦੋਂ ਮਨਜੀਤ ਨਾਮ ਪਤਾ ਲੱਗਦਾ ਤਾਂ ਇਹ ਲੱਗਦਾ ਵੀ ਮੇਰੀ ਮਾਂ ਹੈ, ਕਿਉਂਕਿ ਮੇਰੀ ਮਾਤਾ ਜੀ ਦਾ ਨਾਮ ਵੀ ਮਨਜੀਤ ਕੌਰ ਆ। ਔਰ ਪਰ ਬੇਬੇ ਦਾ ਜਿਹੜਾ ਤੁਸੀਂ ਦੇਖੋ ਵੀ ਪੁੱਤਾਂ ਨੇ ਸਹਾਰਾ ਬਣਨਾ, ਦੀ ਇੱਕ ਨੌਜਵਾਨ ਪੁੱਤ ਜਿਹੜਾ ਕਿ ਬਾਡੀ ਬਿਲਡਿੰਗ ਜਿਹਦੇ ਕਿ ਜ਼ੋਰ ਵਾਲਾ ਕੰਮ ਕਰਦਾ ਹੋਵੇ, ਪੂਰੀ ਚੜ੍ਹਾਈ ਹੋਵੇ, ਉਸ ਬੰਦੇ ਦੀ ਮੌਤ ਹੋ ਜਾਵੇ, ਫਿਰ ਘਰ ਵਾਲਾ ਉਹ ਜਿਹੜਾ ਪ੍ਰਚਾਰਕ ਹੋਵੇ, ਅਤੇ ਫਿਰ ਪੁੱਤ ਇੱਦਾਂ ਹੋ ਜਾਵੇ, ਅਤੇ ਉਸ ਮਾਂ ਦੇ ਹਿਰਦੇ ਤੋਂ ਪੁੱਛੋ। ਆਪਾਂ 2 ਮਿੰਟ ਲਈ ਮਾਂ ਨਾਲ ਜ਼ਰੂਰ ਗੱਲ ਕਰਾਂਗੇ, ਕਸ਼ਮੀਰ ਬਾਈ ਨੂੰ ਬਾਹਰ ਭੇਜ ਕੇ ਨਾ, ਕਿਉਂਕਿ ਉਹਨੂੰ ਭੜਕਦਾ ਵੀਰ ਬਹੁਤ ਜ਼ਿਆਦਾ, ਜਿਹੜੀਆਂ ਵੀਡੀਓਜ਼ ਨੇ ਅਸੀਂ ਉਹ ਤੁਹਾਨੂੰ ਸ਼ੇਅਰ ਨਹੀਂ ਕਰ ਪਾਵਾਂਗੇ, ਉਹ 'ਚ ਇੰਨੀਆਂ ਗੰਦਾ ਬੋਲਿਆ ਵਾ ਵੀਰ ਨੇ, ਸ਼ੇਅਰ ਕਰਨ ਨੂੰ ਉਹ ਸਾਨੂੰ ਲੱਗਦਾ ਵੀ ਉਹ ਚੀਜ਼ ਬੱਚੇ ਦੇਖਣਗੇ ਜਾਂ ਕੋਈ ਸਾਡੀਆਂ ਭੈਣਾਂ ਦੇਖਣਗੇ, ਗਲਤ ਮੈਸੇਜ ਜਾਊਗਾ ਜੀ। ਉਹ 'ਚ ਬਹੁਤ ਵੀਰ ਨੇ ਬਹੁਤ ਜ਼ਿਆਦਾ ਗੁੱਸੇ 'ਚ ਬੋਲਿਆ ਵਾ, ਥੱਲੋਂ ਪਾਣੀ ਭਰ ਭਰ ਕੇ ਉੱਪਰ, ਇਹ ਵੀਰ ਸਾਨੂੰ ਦੱਸਿਆ ਵੀ ਟੋਇਲਟ ਦੇ ਵਿੱਚੋਂ ਵੀ ਪਾਣੀ ਕੱਢ ਕੇ ਬੂਟਿਆਂ ਨੂੰ ਪੀਂਦਾ ਵੀ ਆ, ਟੋਇਲਟ ਦੇ ਵਿੱਚੋਂ ਪਾਣੀ ਕੱਢ ਕੇ ਪੀਂਦਾ ਵੀ, ਤੇ ਪਾਣੀ ਟੋਇਲਟ ਵਾਲਾ ਪਾਣੀ ਆ ਭਾਈ ਸਾਰਾ। ਅੱਛਾ ਜੀ, ਜੱਗ ਦੇ ਉੱਪਰ ਟੋਇਲਟ ਲੱਗੀ ਆ ਭਾਈ, ਦਿਖਾਇਆ ਮੈਂ ਭਾਜੀ। ਓਕੇ ਓਕੇ, ਔਰ ਤੁਸੀਂ ਦੇਖੋ ਟੋਇਲਟ ਦਾ ਪਾਣੀ ਜੀ ਪੀਣ ਦੀ ਕੋਸ਼ਿਸ਼, ਔਰ ਟੋਇਲਟ ਵੀਰਾ ਝੂਠ ਨਹੀਂ ਸੰਗਤ ਜੀ ਬੋਲਦਾ, ਕਿਉਂਕਿ ਇਹ ਕਈ ਵਾਰੀ ਅਸੀਂ ਇਨਸਾਨ ਕੋਈ ਸੱਚ ਨਹੀਂ ਮੰਨਦਾ, ਪਰ ਅਸੀਂ ਇਹ ਚੀਜ਼ਾਂ 'ਚ ਹਰ ਰੋਜ਼ ਵਿਚਰ ਰਹੇ ਹਾਂ, ਸਾਨੂੰ ਪਤਾ ਵੀ ਇਹ ਚੀਜ਼ਾਂ ਕਿਉਂ, ਇਹ ਚੀਜ਼ਾਂ ਹੁੰਦੀਆਂ ਨੇ ਕਿਉਂ, ਇੱਕ ਇਨਸਾਨ ਆਪਣਾ ਮਲ ਮੂਤਰ ਖਾਣ 'ਤੇ ਮਜਬੂਰ ਹੁੰਦਾ, ਕਿਸੇ ਵਕਤ ਗੁਰਸਿੱਖ ਪਰ ਇੱਕ ਪੁਲਿਸ ਦੀ ਕੁੱਟ ਨੇ ਸਾਡੇ ਇਸ ਘਰ ਦੀ ਬਰਬਾਦੀ ਲਿਆ ਕਰਤੀ ਜੀ, ਕਿ ਕਹਿ ਸਕਦੇ ਜੇ ਪੁਲਿਸ ਨਾ ਕੁੱਟਦੀ ਸ਼ਾਇਦ ਇਹ ਵੀਰ ਮੈਂਟਲੀ ਨਾ ਹੁੰਦਾ ਜੀ, ਸ਼ਾਇਦ ਅੱਜ ਨੂੰ ਆਪਣਾ ਕਾਰੋਬਾਰ ਚਲਾਉਂਦਾ, ਆਪਦਾ ਘਰ ਸੋਹਣਾ ਘਰ ਬਣਿਆ ਨਾਲ ਪਲਾਟ ਆ, ਕੋਈ ਕੰਮ ਘਰ ਤੋਰ ਲੈਂਦਾ, ਬਜ਼ੁਰਗ ਮਾਂ ਦਾ ਸਹਾਰਾ ਬਣਦਾ ਜੀ, ਕਿਉਂਕਿ ਨਵੇਂ ਸ਼ਹਿਰ ਏਰੀਏ ਦੇ ਵਿੱਚ ਨਾ ਘਰ ਵੀ ਜਿਹੜੇ ਸਾਡੇ ਵੀਰ ਨੇ ਸ਼ੌਂਕ ਨਾਲ ਬਣਾਉਂਦੇ ਨੇ, ਪਰ ਅੱਜ ਇਹੀ ਘਰ ਦੇ ਹਾਲਾਤ ਤੁਸੀਂ ਦੇਖੋ, ਵੀਰੇ ਨੇ ਦੱਸਿਆ ਸਾਰਾ ਸਮੈਂਟ, ਕਿਉਂਕਿ ਕੋਈ ਜਦੋਂ ਸਮ ਸਮਾਨ ਵਾਲਾ ਨਹੀਂ ਹੈਗਾ ਫਿਰ ਘਰ ਦੇ ਆਹੀ ਹਾਲਾਤ ਹੋਣੇ ਨੇ ਜੀ। ਹਾਂਜੀ ਹਾਂਜੀ ਹਾਂ, ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੇ ਹਾਂ ਵੀ ਇਹਦੀਆਂ ਖੁਸ਼ੀਆਂ ਦੁਬਾਰਾ ਤੋਂ ਇਸ ਘਰ ਦੇ ਵਿੱਚ ਮੁੜੇ ਆਉਣ। ਅੱਛਾ, ਉੱਥੇ ਬੇਸਮੈਂਟ ਆ ਜੀ, ਘਰ ਦੇ ਵਿੱਚ ਬੇਸਮੈਂਟ ਵੀ ਆ, ਦੇਖ ਲਓ ਵੀਰੇ, ਇਹ ਵੀਰੇ ਹੋਣੀ ਵੀ ਸਾਡੇ ਨਾਲ ਜੁੜੇ ਹੋਏ ਨੇ ਜੀ, ਸੋਸਾਇਟੀ ਦੀ ਮਦਦ ਵੀ ਕਰਦੇ ਨੇ ਜੀ, ਇਹ ਵੀ ਵੀਰੇ ਹੋਣੀ ਬੰਗ ਆਪਣਾ ਨਗਰ ਨੇੜੇ ਆ ਜੀ, ਚੱਕ ਕਲਾਲ ਪਿੰਡ ਆ ਜੀ, ਚੱਕ ਕਲਾਲ, ਹਾਂਜੀ ਚੱਕ ਕਲਾਲ। ਔਰ ਇਸ ਘਰ ਦੇ ਵਿੱਚ ਤੁਸੀਂ ਦੇਖੋ ਵੀਰੇ, ਬੇਸਮੈਂਟ ਵੀ ਬਣੀ ਵੀ ਆ, ਸਵਿਮਿੰਗ ਪੂਲ ਵੀ ਆ ਪਿੱਛੇ, ਪਰ ਗੁਰੂ ਸਿੱਖੀ ਵੀ ਬਹੁਤ ਵੱਡੇ ਪੱਧਰ 'ਤੇ ਬੋਲਬਾਲਾ ਸੀ, ਬਸ ਦੋ ਤਿੰਨ ਮਹੀਨੇ ਕਦੀ ਪਾਵਾਂ, ਦੋ ਤਿੰਨ ਮਹੀਨੇ ਬਾਅਦ ਹੀ, ਉੱਪਰ ਬਹੁਤ ਟੋਇਲਟ ਟੁਲਟ ਲਾਈ ਪਿਆ ਨਾ ਜੀ ਕੰਧਾਂ 'ਤੇ, ਉਹ ਲਾਈ ਹੋ ਮੁੜ ਕੇ ਫਿਰ ਕਹਿ ਕੇ ਕੌਣ ਸਾਫ ਕਰੇ ਇੱਦਾਂ, ਬਿਲਕੁਲ ਬੇਬੇ ਜੀ, ਮੈਂ ਇੱਕ ਸਵਾਲ, ਕਿਹਦੀ ਨਜ਼ਰ ਕਿਹਦੀ ਲੱਗ ਗਈ, ਜਿਵੇਂ ਕਹਿ ਨਹੀਂ ਦਿੰਦੇ ਘਰ ਨੂੰ, ਐਡਾ ਖੁਸ਼ੀਆਂ ਭਰਿਆ ਘਰ ਸੀ, ਦੇਖੋ ਘਰ 'ਚ ਤੁਸੀਂ ਬੇਸਮੈਂਟ ਆ, ਸਵਿਮਿੰਗ ਪੂਲ ਆ, ਦੋ ਬੱਚੇ, ਹੈ ਨਾ, ਕੀ ਐਸਾ ਕੀ ਘਟਨਾ ਵਾਪਰ ਗਈ ਬੇਬੇ ਜੀ, ਇਹ ਹਾਲਾਤ ਹੋ ਗਏ ਜੀ? ਉਹ ਪੁਲਿਸ ਵਾਲੀ ਗੱਲ ਵੀ ਦੱਸਿਆ ਵੀ ਪੁਲਿਸ ਨੇ ਕੁੱਟਿਆ ਸੀ ਬਾਈ ਨੂੰ ਜੀ, ਹਾਂਜੀ ਹਾਂਜੀ, ਉੱਥੋਂ ਫਿਰ ਇਹਦਾ ਇੱਦਾਂ ਹੋ ਗਿਆ ਸੀ, ਦਸਵੀਂ 'ਚ ਪੜ੍ਹਦਾ ਜਦੋਂ ਸੀ, ਦਸਵੀਂ 'ਚ ਪੜ੍ਹਦਾ ਦੀ, ਦਸਵੀਂ 'ਚ ਪੜ੍ਹਦੇ ਉਦੋਂ ਉਹਦੀ ਗੱਲ ਹੋਈ ਆ। ਅੱਛਾ, ਖੰਡਾ ਲਾ ਕੇ ਗਿਆ ਸੀ ਨਾ ਮੋਟਰਸਾਈਕਲ 'ਤੇ ਜੀ? ਨਹੀਂ ਨਹੀਂ, ਗਿਆ ਸੀ ਆਪਣੇ ਨਾਨਕੇ, ਉੱਥੋਂ ਪਤਾ ਨਹੀਂ ਸਾਨੂੰ ਨਹੀਂ ਪਤਾ ਹੈਗਾ ਕਿੱਦਾਂ ਹੋਇਆ, ਕਿੱਦਾਂ ਮੋਟਰ ਸਕੂਟਰ ਪਵਾਉਣ, ਤਾਂ ਨਹੀਂ ਪਤਾ, ਫੁਆੜੇ ਰੱਖਿਆ ਉਹਨਾਂ ਨੇ ਅੱਠ ਦਿਨ, ਉੱਥੇ ਫੁਆੜੇ ਪੁਲਿਸ ਉੱਤੇ ਆ, ਸਾਨੂੰ 8 ਦਿਨ ਬਾਅਦ ਪਤਾ ਲੱਗਾ ਸੀ ਇਹਦਾ, ਜਦੋਂ ਆਇਆ ਇਹਦੇ ਹੱਥ ਫਿਰ ਐਡੇ ਐਡੇ ਸੀ, ਇਹਦੇ ਹੱਥ ਸੁੱਜ ਕੇ ਡੇਡੇ ਹੋ ਗਏ, ਹੱਥ ਚ ਪੈਰ ਜਿਹੜਾ ਹੱਥ ਹੀ ਹੁੰਦਾ ਨਾ, ਹਾਂਜੀ ਇੱਦਾਂ ਸੀ ਇਹਦੇ। ਅੱਛਾ ਜੀ, ਕੁੱਟਿਆ ਹੋਊਗਾ ਤਾਂ ਹੋਰ ਤਾਂ ਕੀ, ਉਹ ਕੁੱਟਿਆ ਜਾਂਦਾ ਇੱਦਾਂ ਨੇ ਕੁੱਟ ਵੜ ਕੇ ਬਰੋਏ ਨੂੰ ਕਹਿੰਦੇ ਤੂੰ ਆਹ ਕਹੇ ਆਹ ਕਹੇ ਆਹ ਕਹੇ, ਜਦੋਂ ਲੈ ਜਦੋਂ ਫਿਰ ਕੁਦਰਤੀ ਇੱਥੇ ਲੈ ਕੇ ਨਾ, ਤਾਂ ਪਤਾ ਲੱਗਾ ਸਾਨੂੰ ਵੀ ਉੱਥੇ ਹੈਗਾ ਆ। ਅੱਛਾ ਜੀ, ਇੱਥੇ ਉਹਨਾਂ ਨਾ ਪੁਲਿਸ ਵਾਲੇ ਨਾਲ ਕਿਸੇ ਦੇ ਘਰ ਲੈ ਕੇ ਆਏ, ਤਾਂ ਉਹਨਾਂ ਪਤਾ ਲੱਗਾ ਸਾਨੂੰ ਉੱਥੇ, ਉਸ ਤੋਂ ਬਾਅਦ ਫਿਰ ਮੈਂਟਲੀ ਹੋਇਆ ਜੀ, ਉਸ ਤੋਂ ਬਾਅਦ ਜ਼ਿਆਦਾ ਹੋ, ਜਦੋਂ ਇਹਨੂੰ ਜਦੋਂ ਗੁਰਦੁਆਰੇ ਪਾਠ ਹੁੰਦਾ ਨਾ ਫਿਰ ਹੁੰਦਾ ਹੈ, ਇਹ ਕਹਿੰਦਾ
ਪਹਿਲਾਂ ਆਪ ਸਭ ਕੁਝ ਪਾਠ ਸਾਹਿਬ ਦਾ ਕੱਲ੍ਹ ਘਰ ਮਾ ਬਾਬੇ ਵੀਰ ਸਿੰਘ ਅੱਛਾ ਬਾਈ ਵੀ ਗੁਰਬਾਣੀ ਪੜ੍ਹਦਾ ਸੀ ਕਸ਼ਮੀਰ ਸਿੰਘ ਹਾਂਜੀ ਸਹਿਜ ਪਾਠ ਪੰਜ ਛੇ ਵਾਰ ਕੀਤੇ ਹਨ ਇੱਦਾਂ ਸਾਡੇ ਘਰ 'ਚ ਇਹ ਪਹਿਲਾਂ ਇੱਦਾਂ ਦਾ ਨਹੀਂ ਹੈ ਕਿ ਸਭ ਕੁਝ ਕਰਦਾ ਸੀਗਾ ਪਾਠ ਕਰਦਾ ਸੀ ਜੀ ਨਾਮ ਲਿਆ ਸਭ ਕੁਝ ਨਹੀਂ ਖਾਂਦੇ ਸਾਡੇ ਘਰ 'ਚ ਨਾ ਕੋਈ ਸ਼ਰਾਬ ਪੀ ਖਾਂਦੇ ਰਾਤ ਆ ਨਾ ਕੋਈ ਕੁਝ ਬੋਲ ਸਕਦਾ ਇੰਨਾ ਸਾਡਾ ਗੁਰੂ ਗ੍ਰੰਥ ਸਾਹਿਬ ਮਾਰਾ ਪ੍ਰਕਾਸ਼ ਤੇ ਪ੍ਰਕਾਸ਼ ਕਰਕੇ ਸੀ ਪਰ ਮੈਂ ਵੀ ਉਹਨਾਂ ਚੱਕਿਆ ਕਰਕੇ ਫਿਰ ਮੈਂ ਤਾਂ ਮੈਂ ਬਾਅਦ 'ਚ ਕਿ ਪਹਿਲਾਂ ਸੋਚਦਾ ਵੀ ਨਹੀਂ ਸੀ ਕਿ ਸਾਡਾ ਘਰ ਆ ਸਕਦਾ ਓਕੇ ਜੀ ਪਤਾ ਨਹੀਂ ਕੀ ਪ੍ਰੋਬਲਮ ਮਾਰਾ ਕੀ ਸਾਡੇ ਤੋਂ ਭੁੱਲ ਹੋਈ ਮਾਰਾ ਜਾਣ ਲਓ ਮੈਂ ਤਾਂ ਕੁਛ ਨਹੀਂ ਜਾਣ ਕੋਈ ਨਾ ਬੇਬੇ ਜੀ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਬੱਚਿਆਂ ਬਾਰੇ ਗਿਆ ਤੁਹਾਡੇ ਚਰਨ ਦੱਸੋ ਗੱਲ ਤਾਂ ਕਿੱਥੇ ਨੇ ਨਹੀਂ ਨਹੀਂ ਤੁਸੀਂ ਬੱਚੇ ਤੁਹਾਡੇ ਅਸੀਂ ਬੱਚਿਆਂ ਬਾਰੇ ਗਿਆ ਤੁਸੀਂ ਇੱਦਾਂ ਨਾ ਕਰੋ ਤੁਸੀਂ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਜੀ ਮਹਾਰਾਜ ਨੇ ਮਿਹਰ ਜਿਹੜੀ ਕਰਨੀ ਤੀ ਹੁਣ ਮਹਾਰਾਜ ਆਪੇ ਨੱਕਾ ਖੋਲਣਗੇ ਜੀ ਹਾਂਜੀ ਸਭ ਕੁਝ ਠੀਕ ਹੋ ਜਾਊਗਾ ਠੀਕ ਹੈ ਮੈਂ ਸਾਰੀ ਗੱਲ ਸਮਝ ਗਿਆ ਕੁਛ ਗੱਲਾਂ ਆਪਣੇ ਕੋਲ ਐਸੀਆਂ ਜਿਹੜੀਆਂ ਆਪਾਂ ਨਹੀਂ ਵੀ ਦੱਸ ਸਕਦੇ ਕਿਸੇ ਨੂੰ ਸਾਰਾ ਮੈਂ ਸਾਰਾ ਕੁਝ ਜਾਣਦਾ ਵੀਰੇ ਬਾਰੇ ਮਹਾਰਾਜ ਹੈਗਾ ਜੋ ਕੁਛ ਹੈਗਾ ਮਹਾਰਾਜ ਜਾਣਦਾ ਪਰ ਮੈਂ ਜੋ ਮੈਂ ਆਪਣੇ ਜਵਾਨ ਗਿਆ ਉਹ ਜਾਣ ਵਾਲਾ ਥੋੜਾ ਸੀ ਅੱਛਾ ਜਿਹੜਾ ਉਹ ਵੀਰੇ ਦਾ ਕੀ ਨਾਮ ਸੀ ਓਮਕਾਰ ਸਿੰਘ ਸੱਚ ਦੱਸਿਆ ਬਾਈ ਨੇ ਉੱਪਰ ਹਾਂਜੀ ਸਿੰਘ ਬੰਦਾ ਸੀ ਏਦਾਂ ਨਹੀਂ ਹੈਗਾ ਬੋਡੀ ਬਿਲਡਿੰਗ ਕਰਦਾ ਸੀ ਨਾ ਬਾਈ ਬਹੁਤ ਭਲਾ ਸੀਗਾ ਪਤਾ ਨਹੀਂ ਸਾਡੇ ਘਰ 'ਚ ਕਿਸੇ ਕੌਣ ਸਾਡੇ ਪੇਚ ਪਿਆ ਕੌਣ ਨੇ ਕੀ ਕੀ ਘਰ ਸਾਡੇ ਕੋਈ ਕਹਿੰਦਾ ਕੀਤਾ ਫਲਾਨਾ ਪਰ ਮੈਂ ਤਾਂ ਨਹੀਂ ਇਸ ਗੱਲ ਮੰਨਦੀ ਮੈਂ ਮਹਾਰਾਜ ਮੰਨਦੇ ਕਰਕੇ ਮੈਂ ਨਹੀਂ ਕੁਛ ਵੀ ਜਾਣਦੀ ਕੀ ਕੀਤਾ ਕੀ ਨਹੀਂ ਤਾਂ ਮਹਾਰਾਜ ਜਾਣਦਾ ਆਹ ਕੀਤਾ ਮੈਂ ਨਹੀਂ ਮੈਂ ਨਾ ਕਿਸੇ ਕੋਲ ਆਪਾਂ ਜਾਂਦੇ ਹਾਂ ਸਰਮਾ ਤੋਂ ਮਹਾਰਾਜ ਦੇ ਦਿਨ ਬਾਬੇ ਜੀ ਜੋ ਨਾਵਾਂ ਜਪੋ ਭਾਵੇਂ ਠੀਕ ਹੈ ਜਪ ਕਰੋ ਵਾਹਿਗੁਰੂ ਠੀਕ ਹੈ ਬਿਲਕੁਲ ਕਿਸੇ ਦਾ ਆਪਾਂ ਕਿਸੇ ਜੋ ਕਰਨਾ ਮਹਾਰਾਜ ਨੇ ਕਰਨਾ ਹੈ ਉਹ ਵੀਰੇ ਦੀ ਡੈਥ ਤੋਂ ਬਾਅਦ ਹਨਾ ਜੀ ਘਰ ਦੇ ਜ਼ਿਆਦਾ ਪ੍ਰੋਬਲਮ ਆਈ ਉਹ ਜ਼ਿਆਦਾ ਉਹ ਫਿਰ ਅੱਗੇ ਉਹਨੂੰ ਸਾਂਭਿਆ ਸੀ ਉਦੋਂ ਤੋਂ ਬਾਅਦ ਮੈਂ ਕੋਈ ਨਹੀਂ ਤੁਸੀਂ ਅਸੀਂ ਵੀ ਤੁਹਾਡੇ ਬੱਚੇ ਹਾਂ ਉਦੋਂ ਬਾਅਦ ਮੈਂ ਉਸ ਤੋਂ ਬਾਅਦ ਮੈਂ ਤਾਂ ਨਹੀਂ ਉੱਠ ਹੋਇਆ ਹੋੜ ਕੇ ਅੱਛਾ ਜੀ ਨਾ ਮੇਰੇ ਕੋਲ ਗੁਰਦੁਆਰੇ ਜਾਂਦਾ ਅੱਗੇ ਉਹ ਲੈ ਜਾਣਾ ਮੈਨੂੰ ਛੱਡੇ ਉਹਨਾਂ ਨੇ ਜਦੋਂ ਪਾਠ ਖਤ ਹੋਣਾ ਮੈਨੂੰ ਲੈ ਜਾਣਾ ਮੁੜ ਕੇ ਅੱਛਾ ਜੀ ਉਹ ਮੈਂ ਛੋਟੇ ਵੀਰੇ ਨੇ ਕਾਰ ਹਾਂਜੀ ਉਹਨਾਂ ਨੇ ਛੱਡ ਮੋਟਰਸਾਈਕਲ ਛੱਡੇ ਉਹਨਾਂ ਨੇ ਉਹ ਵੀ ਅੰਮ੍ਰਿਤਧਾਰੀ ਸੀਗਾ ਵੀਰੇ ਹਾਂਜੀ ਠੀਕ ਸਭ ਕੋਈ ਛੱਡੇ ਉਹਨਾਂ ਮੈਨੂੰ ਲੈ ਜਾਣਾ ਬੀਬੀ ਨਾਲ ਪਾਠ ਕਰਨ ਮੈਂ ਜਾਂਦੀ ਹਾਂ ਸਿੰਘ ਆਪਣੇ ਸੁਖਮੀ ਸੁਸਾਇਟੀ ਨਾਲ ਸੀਗੇ ਸਾਡੇ ਤੁਹਾਨੂੰ ਸੁਸਾਇਟੀ ਨਾਲ ਸੁਖਮੀ ਜਾਇਜ ਹਾਂਜੀ ਸਾਡਾ ਪਿੰਡ ਆ ਬੇਬੇ ਜੀ ਲਚਕਾਣੀ ਪਿੰਡ ਆ ਜੀ ਪਟਿਆਲੇ ਤੋਂ ਭਾਦਸੋਂ ਰੋਡ ਦੇ ਉੱਪਰ 6-7 ਕਿਲੋਮੀਟਰ ਦੀ ਦੂਰੀ 'ਤੇ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਨਾਮ 'ਤੇ ਮੇਰਾ ਨਾਮ ਸਤਪਾਲ ਸਿੰਘ ਆ ਜੀ ਜੇ ਤੁਸੀਂ ਬੱਚਿਆਂ ਤੋਂ ਵੀਡੀਓ ਕਿਸੇ ਤੋਂ ਕਢਾਓਗੇ ਕਿਸੇ ਤੋਂ ਕੋਈ ਆ ਜਾਂਦਾ ਹੁੰਦਾ ਕਈ ਵਾਰੀ ਤਾਂ ਮੇਰਾ ਨਾਮ ਭਰਿਓ ਤੁਸੀਂ ਨੈੱਟ ਦੇ ਉੱਪਰ ਪਾਲ ਖਰੌੜ ਜੀ ਉੱਥੋਂ ਤੁਹਾਨੂੰ ਸਾਡਾ ਸਾਰਾ ਕਾਰਜ ਪਤਾ ਲੱਗ ਜੂਗਾ ਜੀ ਔਰ ਮਹਾਰਾਜ ਤੁਹਾਨੂੰ ਤਕੜੇ ਕਰਨ ਹੈ ਨਾ ਜੀ ਤਾਂ ਵੀਰੇ ਕੁਛ ਵੀ ਹੋ ਸਕਦਾ ਤੁਸੀਂ ਦੇਖ ਲਓ ਜਿਹੜੇ ਘਰ ਦੇ ਵਿੱਚ ਬੇਸਮੈਂਟ ਹਾਂਜੀ ਬਸ ਤੁਸੀਂ ਇਹ ਲਾ ਲਓ ਵੀ ਇਸ ਘਰ ਦੀਆਂ ਖੁਸ਼ੀਆਂ ਪਤਾ ਨਹੀਂ ਮੈਂ ਤਾਂ ਘਰ ਦੇਖ ਕੇ ਹੈਰਾਨ ਹਾਂ ਵੀ ਐਡਾ ਸੁਪਰ ਹੈ ਨਾ ਘਰ ਬਣਾਇਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ 'ਤੇ ਕੀ ਕਹਿੰਦੇ ਬੇਬੇ ਜੀ ਹਾਂਜੀ ਅੱਛਾ ਕਸ਼ਮੀਰ ਨੇ ਕਿਵੇਂ ਜੀ ਘਰ ਛੱਡ ਕੇ ਨਹੀਂ ਅੱਛਾ ਘਰ ਨੂੰ ਅੱਗ ਲਾਤੀ ਸੀ ਉਰੇ ਜੀ ਘਰੇ ਕੱਪੜੇ ਨੂੰ ਤੁਸੀਂ ਉਹਨਾਂ ਨੂੰ ਜਾਣਦੇ ਸੀ ਪਹਿਲਾਂ ਜੀ ਓਮਕਾਰ ਸਿੰਘ ਨੂੰ ਜੀ ਕਿਉਂਕਿ ਸਰੀਰ ਬਣਾਇਆ ਵਾ ਨਾ ਬਹੁਤ ਦੇਖੋ ਖਾਲਸਾ ਜੀ ਕਿੱਥੋਂ ਘਰ ਜੀ ਕਿੱਥੇ ਦੇਖੋ ਸੰਗਤ ਜੀ ਭਾਜੀ ਉਹਦਾ ਨਾਂ ਏਦਾਂ ਦਾ ਅਸੀਂ ਇੱਕ ਵਾਰੀ ਜਾਂਦੇ ਪਏ ਸੀ ਤਾਂ ਓਮਕਾਰ ਭਾਈ ਤੇ ਮੈਂ ਨਾ ਮੁੰਡਿਆਂ ਦੀ ਲੜਾਈ ਹੋ ਗਈ ਆਪਸ ਚ ਅਚਾਨਕ ਉਹਨੂੰ ਗੁਰਦੁਆਰੇ ਦੀ ਕਾਲਜ ਦੀ ਗੱਲ ਆ ਉਹ ਕਹਿੰਦਾ ਵੀ ਇਹਨੇ ਓਮਕਾਰ ਭਾਈ ਰੋਕਿਆ ਕਹਿੰਦਾ ਛੱਡ ਦਿਓ ਪੁੱਤ ਨਾ ਲੜੋ ਏਦਾਂ ਨਾ ਉਹ ਕਹਿੰਦਾ ਵੀ ਤੂੰ ਪਤਾ ਤੈਨੂੰ ਕੌਣ ਆ ਅਸੀਂ ਕਹਿੰਦਾ ਅਸੀਂ ਓਮਕਾਰ ਦੇ ਭਰਾ ਆ ਵੀ ਅਸੀਂ ਵੀ ਹੱਸ ਆ ਗਏ ਵੀ ਓਮਕਾਰ ਤਾਂ ਉਹ ਵੀ ਓਮਕਾਰ ਕਹਿੰਦਾ ਮੈਂ ਓਮਕਾਰ ਆ ਭਾਈ ਇਹ ਮੈਨੂੰ ਕਹੀ ਜਾਂਦੇ ਉਸ ਬੰਦੇ ਦਾ ਇੰਨਾ ਪ੍ਰਭਾਵ ਸੀ ਬੱਚੇ ਬੱਚੇ ਵੀ ਉਹਦਾ ਨਾਂ ਜਾਣਦੇ ਅੱਜ ਦੀ ਦੌਰ ਦੇ ਨਾਂ ਜਾਣਦੇ ਜੀ ਓਮਕਾਰ ਬੱਚੇ ਬੱਚੇ ਹਾਂਜੀ ਇੰਨਾ ਉਹਦਾ ਪ੍ਰਭਾਵ ਨਾਂ ਜੀ ਮੁੰਡੇ ਦਾ ਓਕੇ ਜੀ ਇੰਨੀ ਕੀ ਚੜ੍ਹਤੀ ਸੀ ਭਾਜੀ ਉਸ ਬੰਦੇ ਵਾਹਿਗੁਰੂ ਸੱਚਾ ਪਾਤਸ਼ਾਹ ਕਿਸਮਤ ਦਾ ਗੇਟ ਬਸ ਦੇਖ ਲਓ ਤੁਸੀਂ ਅੱਛਾ ਦੇਖੋ ਸੰਗਤ ਜੀ ਅਸੀਂ ਦਿਖਾਉਣਾ ਇੱਕ ਆ ਚਾਹੁੰਦੇ ਆ ਵੀ ਜਿਹਦੇ ਘਰ ਦੇ ਵਿੱਚ ਬੇਸ ਆਪਣਾ ਇਹ ਵਾਹਿਗੁਰੂ ਘਰ ਦੇ ਵਿੱਚ ਬੇਸਮੈਂਟ ਤੱਕ ਹੋਵੇ ਕਮੀ ਤਾਂ ਕੋਈ ਘਰ 'ਚ ਹੈ ਨਹੀਂ ਵੀਰੇ ਬਸ ਇੱਕ ਪੁੱਤਾਂ ਦੀ ਕਮੀ ਦੇਖੋ ਆਪਾਂ ਬੇਸਮੈਂਟ 'ਚ ਖੜੇ ਹਾਂ ਜੀ ਇੱਕ ਪੁੱਤਾਂ ਦੀ ਕਮੀ ਹੈ ਵਾਹਿਗੁਰੂ
जी अज बारे खड़ते ही वाहेगुरु सच्चा पातशाह ये उपर की है जी कश्मीर सिंह वीरे घर थोड़ा बहुत सोहना बनया बा वीरे है इत्थे भी इक्को गल उत्थे भी इक्को गल बिलकुल जिथे मर्जी रह लो बिलकुल सही गल है वीरे हाँ जी हाँ जी नहीं उत्थे आपां नूं कम दा औखा जस्सी बाई ने सुनेहा लाए सानूं तां उत्थे कम दा औखा होर नहीं चक्कर कोई हैगा वो कहना बाई सामलू पढ़िया लिखिया हाँ कहना कश्मीर बाई पढ़िया लिखिया भी वो सामलूगा जी ना तेन कश्मीर मरना का तो भी दस मरना का तो भी नहीं नहीं माता है माता है माता है माता है ठीक है बेबे जी बाकी वीरे होनी थोड़े कोले आंदे जांदे रहणगे ठीक है जी वाहिगुरु जी का खालसा वाहिगुरु जी की फतेह फिर असीं फोन करांगे तुहानूं हां जी हैगा नंबर बेबे जी दा चेंज कर लो तुसी आप नंबर वाहेगुरु सच्चा पातशाह होर वीरे ठीक ने घर परिवार सारे जी बाजी उन्हें बस इक्को गल उधर भी थोड़े ही है इधर भी थोड़े ही है इक्को गल लवे रख लो बूटा तू चढ़ भी रे हाँ इत्थे रख लो लवे चप्पल उरे लवे रख लो चप्पल इधर इधर रख लो हाँ वेरी गुड वाहेगुरु सुखपाला ठीक है आ टूल लवा लो भीरे जी हाँ बाजी का किन्ना सियाना साडा भरा वाहेगुरु सच्चा पातशाह चलो जी चलाओ रोहित गड्डी चला हाँ रख लो ठीक है वीरे वाहेगुरु जी का खालसा वाहेगुरु जी की फतेह ठीक है वीरा जी ठीक है मैं भी आऊंगा हां जी हां जी माता रानी ਦਾ ਨਾਲ ਲੈ ਕੇ ਆਉਂਗਾ ਉਹ ਸਭ ਕੁਝ ਕਰਾ ਦਾਂਗੇ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਠੀਕ ਹੈ ਵੀਰਾ ਜੀ ਫਿਰ ਬਹੁਤ ਸ਼ੁਕਰਾਨਾ ਵੀਰੇ ਤੁਸੀਂ ਮਦਦ ਕੀਤੀ ਮਹਾਰਾਜ ਚੜ੍ਹਦੀ ਕਲਾ ਚੜ੍ਹ ਕੇ ਆਇਓ ਫਿਰ ਜਰੂਰ ਮਿਲਣਾ ਹਾਂ ਜੀ ਠੀਕ ਹੈ ਵੀਰਾ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕਿਹੜਾ ਬੰਦਾ हाँ जी वाहेगुरु जी का खालसा वाहेगुरु जी की फतेह संगत जी असी उस वक्त दे तुरे वे ते 9:30 हो गए जी रात दे असी हुण पटियाले अपना फर्ज सेवा सोसाइटी दे विच पहुँचे हाँ और तुसी सारे भैन भरा इस वीडियो नूं देखते रहना और देख के शेयर जरूर करना और अपने आले दुआले जरूर ध्यान रखना निहाला वीर फिरदा बाहर जिहड़ा छोटे जे कुत्ते नूं पिंजरे च बंद करदा और ये अपना घर है जी अपना फर्ज सेवा सोसाइटी तुसीं अपने आले दुआले जरूर सारे भैन भरावां ने ध्यान रखना भी तुहाडे आले दुआले भी इदां दे वीर हो सकदे ने जी इधर भी अपना घर बन रहा और इधर भी जिहड़ा बिल्डिंग बन रही है जी संगत जी बाकी ना जी हुण जिवें हुंदा थक बहुत जाने हां जी फिर सवेरे तुहानूं प्रोपर दिखावांगे जी असीं सवेरे जरूर तुहाडे नाल सांझी करांगे जी वीडियो क्योंकि हुण इहनां वीरां नूं असीं प्रशादा छका के जिहड़ा रैसट करनगे जी
ਵੀਰੇ ਠੀਕ ਹੋ? ਹਾਂਜੀ ਠੀਕ ਆ ਵੀਰੇ। ਜੀ ਦੇਖੋ ਦੋ ਪਰਿਵਾਰਕ ਮੈਂਬਰ ਵੱਧ ਗਏ, ਇੱਕ ਤਾਂ ਵੀਰੇ ਹੁਣੀ ਨੇ, ਹਾਂਜੀ ਹਾਂਜੀ, ਕਸ਼ਮੀਰ ਸਿੰਘ ਜੀ। ਠੀਕ ਆ ਜੀ। ਹਰਦੀਪ ਕੀ ਨਾਮ ਆ ਤੁਹਾਡਾ? ਆ ਜਾਓ ਫਿਰ ਉੱਤਰ ਆਓ ਥੱਲੇ ਆ ਜਾਓ ਉੱਠੋ ਪਹਿਲਾਂ। ਇਸ ਵੀਰ ਦੇ 16 ਸਾਲ ਤੋਂ ਸੰਗਤ ਜੀ ਸੰਗਲ ਲੱਗਿਆ ਹੋਇਆ ਸੀ, ਇਹ ਵੀਰ ਨੂੰ ਤੁਸੀਂ ਜਾਣਦੇ ਹੋ ਜੀ, ਔਰ ਇਹ ਵੀਡੀਓ ਆਪਾਂ ਦੋ ਪਾਰਟ ਦੇ ਵਿੱਚ ਸ਼ੇਅਰ ਕਰਾਂਗੇ ਜੀ, ਪਰ ਅਸੀਂ ਇਕੱਠੇ ਹੀ ਇਹ ਕਾਰਜ ਕਰਿਆ ਜੀ, ਔਰ ਸਾਨੂੰ ਕਰੀਬ 9:30 ਵੱਜਣ ਵਾਲੇ ਹੋ ਗਏ, ਔਰ ਇਹ ਘਰ ਵੀ ਬਣ ਰਿਹਾ ਸੰਗਤ ਜੀ, ਤੁਹਾਨੂੰ ਅਸੀਂ ਘਰ ਵੀ ਦਿਖਾਉਂਦੇ ਹਾਂ, ਔਰ ਹੁਣੇ ਵੀਰ ਇਸ਼ਨਾਨ ਕਰਕੇ ਆਪਣਾ ਜਿਹੜੀ ਰੈਸਟ ਕਰਨਗੇ ਤੁਹਾਨੂੰ ਅਸੀਂ ਸਵੇਰੇ ਮਿਲਵਾਵਾਂਗੇ, ਕਿਉਂਕਿ ਹੁਣ ਸਾਰੇ ਜਿਹੜੇ ਸੇਵਾਦਾਰ ਨੇ ਸਾਰੇ ਥੱਕ ਗਏ ਜੀ, ਕਿਉਂਕਿ ਸਫ਼ਰ ਬਹੁਤ ਕੱਢਿਆ ਜੀ, ਫਿਰ ਸਵੇਰੇ ਤੁਹਾਨੂੰ ਮਿਲਾਵਾਂਗੇ ਜੀ ਸਾਰੇ ਭੈਣ ਭਰਾ, ਔਰ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ, ਥੋੜ੍ਹਾ ਜਿਹਾ ਅੰਦਰ ਇੱਕ ਵਾਰੀ ਕੈਮਰਾ ਮਾਰ ਕੇ ਤੁਹਾਨੂੰ ਦਿਖਾਉਂਦੇ ਹਾਂ ਜੀ। ਠੀਕ ਆ ਸੰਗਤ ਜੀ, ਇੱਧਰ ਨੂੰ ਲਿਆਓ, ਆਪਣਾ ਸਮਾਨ ਚੱਕ ਲਓ ਨਾ। ਆਜੋ 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 ਕਸ਼ਮੀਰ ਸਿੰਘ ਵੀਰੇ, ਆਜੋ 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 ਆਜੋ। ਵਾਹਿਗੁਰੂ ਜੀ, ਆਜੋ। ਹਾਂ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਕੀ ਹਾਲ ਨੇ? ਕਿਰਪਾ ਚਾਹੀਦੀ ਸੰਗਤ ਜੀ। ਬਾਕੀ ਅੱਗੇ ਘਰ ਆਪਣਾ ਬਣ ਰਿਹਾ ਜੀ, ਔਰ ਇਹਦੇ ਵਿੱਚ ਫਿਰ ਕੀ ਹੈ ਜੀ, 200 ਦੇ ਕਰੀਬ ਮੈਂਬਰ ਇੱਦਾਂ ਦੇ ਵੀਰ ਰਹਿ ਪਾਉਣਗੇ ਜੀ, ਜਿਹੜੇ ਕਿ ਜਾਂ ਜਿਨ੍ਹਾਂ ਦੇ ਸੰਗਲ ਲੱਗਿਆ, ਔਰ ਜਿਹੜੇ ਵੀ ਵੀਰ ਹੋਣਗੇ ਲੋੜਵੰਦ। ਇਹ 200 ਮੈਂਬਰ ਲਈ ਬਿਲਡਿੰਗ ਬਣ ਰਹੀ ਹੈ ਜੀ, ਸੰਗਤ ਰੇਤਾ ਬਜਰੀ ਸਮਿੰਟ ਸਰੀਆ ਇੱਟਾਂ ਦੀ ਸੇਵਾ ਸੰਗਤ ਕਰ ਰਹੇ ਨੇ ਜੀ, ਵੱਧ ਚੜ੍ਹ ਕੇ ਜਿਹੜਾ ਸਾਰਾ ਪਰਿਵਾਰ ਹੈ ਨਾ ਜੀ, ਜਿਹੜਾ ਸੰਗਤਾਂ ਮਿਹਰ ਕਰਦੀਆਂ ਨੇ ਇਸ ਘਰ 'ਤੇ, ਤਾਂ ਜੋ ਇਹ ਘਰ ਜਿਹੜਾ ਬਣ ਕੇ ਤਿਆਰ ਹੋ ਕੇ 200 ਤੋਂ ਉੱਪਰ ਭਾਵੇਂ ਮੈਂਬਰ ਰਹਿ ਜਾਣੇ, ਬਹੁਤ ਸੋਹਣਾ ਘਰ ਬਣਨਾ ਜੀ, ਨੇ 3 ਮੰਜ਼ਲੀ ਬਣਨਾ ਜੀ, ਔਰ ਫਿਰ ਅੱਗੇ ਅੱਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਜੀ। ਠੀਕ ਆ ਸੰਗਤ ਜੀ, ਫਿਰ ਸਵੇਰੇ ਆਪਾਂ ਤੁਹਾਨੂੰ ਮਿਲਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।